दूरदर्शन जालंधर ਦੇ ਸਾਰੇ ਦਰਸ਼ਕਾਂ ਦਾ ਬਹੁਤ-ਬਹੁਤ ਸਵਾਗਤ ਹੈ ਤੁਸੀਂ ਦੇਖ ਰਹੇ ਹੋ ਵਿਕਾਸ ਦੀ ਰਾਤੇ ਵੱਧਦੇ ਕਦਮ ਤੇ ਸਾਡਾ ਅੱਜ ਦਾ ਵਿਸ਼ਾ ਹੈ ਪ੍ਰਧਾਨ ਮੰਤਰੀ ਭਾਰਤੀ ਜਨ ਔਸ਼ਧੀ ਯੋਜਨਾ ਹੈਲਥ ਇਜ਼ ਵੈਲਥ ਯਾਨੀ ਕਿ ਸੇਤ ਸਾਡਾ ਵੱਡਮੁੱਲਾ ਖਜ਼ਾਨਾ ਹੈ ਤੇ ਇੱਕ ਵਾਰੀ ਗਵਾਚੀ ਹੋਈ ਸੇਤ ਨੂੰ ਮੁੜ ਪ੍ਰਾਪਤ ਕਰਨਾ ਬਹੁਤ ਹੀ ਔਖਾ ਕੰਮ ਹੈ ਤਾਂ ਹੀ ਤਾਂ ਕਿਹਾ ਜਾਂਦਾ ਹੈ ਬਾਕੀ ਦੇ ਕੰਮ ਬਾਅਦ ਵਿੱਚ ਜੀ ਪਹਿਲਾਂ ਸੇਤ ਜ਼ਰੂਰੀ ਹੈ ਇਸੇ ਲਈ ਵਿਸ਼ਵ ਪੱਧਰ ਉੱਤੇ ਗਲੋਬਲ ਹੈਲਥ ਸਿਕਿਉਰਿਟੀ ਯਾਨੀ ਕਿ ਵਿਸ਼ਵ ਸਿਹਤ ਸੁਰੱਖਿਆ ਦਾ ਗਠਨ ਕੀਤਾ ਗਿਆ ਜਿਸ ਦੇ ਤਹਿਤ ਦੁਨੀਆ ਭਰ ਦੇ ਦੇਸ਼ਾਂ ਨੂੰ ਉਹਨਾਂ ਦੇ ਨਾਗਰਿਕਾਂ ਦੀ ਸਿਹਤ ਦੇ ਲਈ ਕਈ ਟੀਕੇ ਦਿੱਤੇ ਜਾਂਦੇ ਨੇ ਤੇ ਇਨ੍ਹਾਂ ਟੀਕਿਆਂ ਨੂੰ ਪ੍ਰਾਪਤ ਕਰਨ ਲਈ ਸਰਕਾਰਾਂ ਬਹੁਤ ਸਾਰੇ ਹੀਲੇ ਕਰਦੀਆਂ ਨੇ ਇਨ੍ਹਾਂ ਵਿੱਚੋਂ ਹੀ ਭਾਰਤ ਦੀ ਕੇਂਦਰ ਸਰਕਾਰ ਦਾ ਇੱਕ ਹੀਲਾ ਹੈ ਪ੍ਰਧਾਨ ਮੰਤਰੀ ਭਾਰਤੀ ਜਨ ਔਸ਼ਧੀ ਯੋਜਨਾ ਤੇ ਇਸ ਬਾਰੇ ਵਿਸਥਾਰ ਨਾਲ ਗੱਲ ਕਰਨ ਲਈ ਸਾਡੇ ਸਟੂਡੀਓ ਵਿੱਚ ਪਹੁੰਚੇ ਨੇ ਸ਼੍ਰੀ ਅਮਰਜੀਤ ਸਿੰਘ ਜੀ ਜੋ ਕਿ ਡਰੱਗ ਕੰਟਰੋਲ ਇਨਸਪੈਕਟਰ ਨੇ ਜਲੰਧਰ ਤੋਂ ਸਤਿ ਸ਼੍ਰੀ ਅਕਾਲ ਸਰ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਸਾਡੇ ਸ਼ੋਅ ਵਿੱਚ ਜੀ ਸਤਿ ਸ਼੍ਰੀ ਅਕਾਲ ਜੀ ਦੂਰਦਰਸ਼ਨ ਜਲੰਧਰ ਦਾ ਬਹੁਤ ਬਹੁਤ ਧੰਨਵਾਦ ਸਰ ਜਿਸ ਤਰ੍ਹਾਂ ਮੈਂ ਗੱਲ ਕੀਤੀ ਕਿ ਅੱਜ ਅਸੀਂ ਜਨ ਔਸ਼ਧੀ ਯੋਜਨਾ ਜਾਂ ਪ੍ਰਧਾਨ ਮੰਤਰੀ ਭਾਰਤੀ ਜਨ ਔਸ਼ਧੀ ਯੋਜਨਾ ਬਾਰੇ ਗੱਲ ਕਰਨੀ ਆ ਇਹ ਯੋਜਨਾ ਹੈ ਕਿ ਤੇ ਇਹ ਹੋਂਦ ਵਿੱਚ ਕਦੋਂ ਆਈ ਇਹ ਯੋਜਨਾ 2008 ਚ ਹੋਂਦ ਵਿੱਚ ਆਈ ਸੀਗੀ ਇਹ ਯੋਜਨਾ ਜਿਹੜੀ ਹੈ ਇੱਕ ਡਿਪਾਰਟਮੈਂਟ ਆਫ ਫਾਰਮਾਸਿਊਟੀਕਲ ਸਾਇੰਸ ਦਾ ਜਿਹੜਾ ਹੈ ਗਵਰਨਮੈਂਟ ਆਫ ਇੰਡੀਆ ਦੇ ਨਾਲ ਕਲੈਬੋਰੇਸ਼ਨ ਨਾਲ ਇੱਕ ਯੋਜਨਾ ਬਣਾਈ ਗਈ ਹੈ ਜੀ ਜਿਹਦੇ ਵਿੱਚ ਇਹਨਾਂ ਦਾ ਮੋਟਿਵ ਸੀਗਾ ਕਿ ਆਪਾਂ ਜਿਹੜੇ ਗਰੀਬ ਤਬਕਾ ਹੈ ਗਰੀਬ ਲੋਕੀ ਹੈ ਉਹਨਾਂ ਨੂੰ ਆਪਾਂ ਜਿਹੜੀਆਂ ਸਸਤੀਆਂ ਦਵਾਈਆਂ ਕਿੱਦਾਂ ਮੁਹੱਈਆ ਕਰਾਈ ਜਾਣ ਜਿੱਦਾਂ ਤੁਸੀਂ ਦੱਸਿਆ ਕਿ ਸਿਹਤ ਜਿਹੜੀ ਹੈ ਇੱਕ ਬਹੁਤ ਜ਼ਰੂਰੀ ਹੱਦ ਬੰਦੇ ਲਈ ਹੈਲਥ ਇਜ਼ ਵੈਲਥ ਬਹੁਤ ਸਾਰੇ ਲੋਕਾਂ ਜੀ ਇਹ ਆਪਣੇ ਜਿਹੜੇ ਗਰੀਬ ਲੋਕੀ ਹੈ ਉਹ ਕਈ ਵੇਲੇ ਗਵਰਨਮੈਂਟ ਦੀ ਇਹ ਥਿੰਕਿੰਗ ਹੈਗਾ ਕੋਈ ਬੰਦਾ ਜਿਹੜਾ ਹੈ ਗਰੀਬ ਹੈ ਇਲਾਜ ਖਾਣੋਂ ਨਾ ਮਰੇ ਜੀ ਜੀ ਮਰ ਜਾ ਨਾ ਰਹੇ ਹਾਂ ਮੁਟਲੀਆ ਸੇਵਾਾਂ ਮਾ ਜੜੀਆਂ ਜਿਹੜੀਆਂ ਦਵਾਈਆਂ ਬਹੁਤ ਮਹਿੰਗੀਆਂ ਹੈ ਉਹਨਾਂ ਨੂੰ ਆਪਾਂ ਕਿਸ ਤਰੀਕੇ ਨਾਲ ਉਹਨਾਂ ਨੂੰ ਸਸਤੀਆਂ ਗਵਰਨਮੈਂਟ ਨੇ ਤੇ ਫੋਕਸ ਕੀਤਾ ਆਪਾਂ ਉਹਨੂੰ ਕਿਦਾਂ ਸਸਤੀਆਂ ਕਰਕੇ ਆਪਾਂ ਗਰੀਬ ਬੰਦਿਆਂ ਨੂੰ ਪਹੁੰਚਾਈਏ ਤਾਂ ਕਿ ਹਰ ਬੰਦਾ ਜਿਹੜਾ ਹੈ ਉਹਨੂੰ ਜਿਹੜੀ ਹੈ ਫੈਸਿਲਿਟੀਆਂ ਜਿਹੜੀਆਂ ਹੈਲਥ ਦੀਆਂ ਪ੍ਰੋਪਰ ਮਿਲਣਾਂ ਤੁਸੀਂ ਕਹਾਂ ਕਿ 2008 ਵਿੱਚ ਇਹ ਯੋਜਨਾ ਲਾਗੂ ਕੀਤੀ ਗਈ 2008 ਤੋਂ ਅਸੀਂ ਹੁਣ 2022 ਵਿੱਚ ਆ ਗਏ ਆ ਤਾਂ ਇੰਨੇ ਅਰਸੇ ਦੇ ਵਿੱਚ ਕੀ ਇਸ ਯੋਜਨਾ ਦੇ ਵਿੱਚ ਕੋਈ ਬਦਲਾਅ ਆਇਆ ਜਾਂ ਇਸ ਦੇ ਮੰਤਵ ਜਿਹੜੇ ਨੇ ਉਹ ਕੋਈ ਹੋਰ ਵਧਾਏ ਗਏ ਜੀ ਪਹਿਲਾਂ ਤਾਂ ਇਦਾਂ ਸੀਗਾ ਜੀ ਇਹ ਸਿਵਲ ਹਸਪੀਟਲਸ ਦੇ ਵਿੱਚ ਇਹਨਾਂ ਦੇ ਸਟੋਰ ਹੁੰਦੇ ਸੀ ਇਹਨਾਂ ਦੇ ਜੀ ਫਿਰ 2016 ਔਨਵਰਡਸ ਜਿਹੜੇ ਆ ਇਹਨਾਂ ਦੇ ਜਿਹੜਾ ਲੋਕੀ ਜਿੱਦਾਂ ਜਾਗਰੂਕ ਹੋਏ ਲੋਕਾਂ ਨੂੰ ਅਵੇਅਰ ਹੋਏ ਪਤਾ ਲੱਗਾ ਉਹਨਾਂ ਨੂੰ ਹੂੰ ਹੂੰ ਉਹਨਾਂ ਨੇ ਕੀਤਾ ਇਸ ਯੋਜਨਾ ਦਾ ਲਾਭ ਉਠਾਣ ਲਈ ਲੋਕਾਂ ਨੇ ਇਹਦੇ ਵਿੱਚ ਐਪਲੀਕੇਸ਼ਨਾਂ ਪਾਉਣੀਆਂ ਸ਼ੁਰੂ ਕੀਤੀਆਂ ਜੀ ਉਸ ਤੋਂ ਬਾਅਦ ਹੌਲੀ ਹੌਲੀ ਲੋਕਾਂ ਦਾ ਇਸ ਤੇ ਰੁਝਾਨ ਵਧਿਆ ਜਦੋਂ ਉਹਨਾਂ ਨੂੰ ਪਤਾ ਲੱਗਾ ਕਿ ਹਾਂ ਜਰ ਸਸਤੀਆਂ ਦਵਾਈਆਂ ਪਬਲਿਕ ਨੂੰ ਦੇ ਰਿਆ ਪਬਲਿਕ ਨੂੰ ਸਸਤੀਆਂ ਦਵਾਈਆਂ ਮਿਲੀਆਂ ਇਹਦਾ ਕਾਫੀ ਰੁਝਾਨ ਵਧ ਰਿਹਾ ਉਸ ਤੋਂ ਔਨਵਰਡਸ ਜਿਹੜੀਆਂ ਹੁਣ ਕਾਫੀ ਜਿਹੜੇ ਇਹਦੇ ਸਟੋਰ ਜਿਹੜੇ ਆ ਖ ਸਿਟੀਜ਼ ਦੇ ਵਿੱਚ ਕਾਫੀ ਇੱਥੇ ਸਟੋਰ ਖੁੱਲ੍ਹ ਰਹੇ ਆ। ਦਰੁਜਾਨ ਕਾਫੀ ਇੱਧਰ ਨੂੰ ਹੋਇਆ ਪਬਲਿਕ ਦਾ। ਅ ਜਿਹੜੀਆਂ ਦਵਾਈਆਂ ਦੀ ਤੁਸੀਂ ਗੱਲ ਕਰ ਰਹੇ ਹੋ ਕਿਉਂਕਿ ਬਹੁਤ ਸਾਰੀਆਂ ਬਿਮਾਰੀਆਂ ਨੇ, ਹਰ ਬਿਮਾਰੀ ਦੀਆਂ ਕਈ ਤਰ੍ਹਾਂ ਦੀਆਂ ਦਵਾਈਆਂ ਹੁੰਦੀਆਂ ਨੇ। ਸੋ ਕਿਹੜੇ-ਕਿਹੜੇ ਉਤਪਾਦ ਜਿਹੜੇ ਨੇ ਉਹ ਇਨ੍ਹਾਂ ਕੇਂਦਰਾਂ ਦੇ ਉੱਤੇ ਉਪਲਬਧ ਹੁੰਦੇ ਨੇ। ਦੇਖੋ ਜੀ ਇਨ੍ਹਾਂ ਦੇ ਕੇਂਦਰਾਂ ਤੇ ਹਰ ਜਿਹੜੀ ਬਿਮਾਰੀ ਦੀ ਤਕਰੀਬਨ ਦਵਾਈ ਜਿਹੜੀ ਆ ਐਲੋਪੈਥਿਕ ਮੈਡੀਸਨ ਜਿਹੜੀ ਆ ਉਪਲਬਧ ਹੈ। ਸਰਜਿਕਲ ਆਈਟਮਸ ਇਨ੍ਹਾਂ ਦੀਆਂ ਉਪਲਬਧ ਹੈਗੇ, ਇਨ੍ਹਾਂ ਦੇ ਸੈਨੀਟਰੀ ਪੈਡਸ ਜਿਹੜੇ ਕਾਫੀ ਸਸਤੇ ਹੈਗੇ ਆ ਉਹ ਜੋ ਪ੍ਰੋਡਕਟਸ ਹੈਗੇ ਆ ਜਿਹੜੇ ਕਿ ਆਪਾਂ ਇਹਨਾਂ ਦੀ ਪ੍ਰਧਾਨ ਮੰਤਰੀ ਵਰਤੀ ਜਨ ਉਸ ਦੀ ਸੰਦਰ ਬੀਵੀਪੀਆਈ ਦੀ ਜਿਹੜੀ ਵੈਬਸਾਈਟ ਆ ਉਹਦੇ ਵਿੱਚ ਇਹਨਾਂ ਦੀ ਸਾਰੀ ਪ੍ਰੋਡਕਟ ਲਿਸਟ ਹੈਗੀ ਆ ਤੇ ਕਾਫੀ ਜ਼ਿਆਦਾ ਪ੍ਰੋਡਕਟਸ ਹੈਗੇ ਆ ਅਰਾਊਂਡ ਲਗਭਗ 1000 ਦੇ ਕਰੀਬ ਇਹਨਾਂ ਦੇ ਪ੍ਰੋਡਕਟਸ ਹੈ ਅੱਛਾ ਜੇ ਅਸੀਂ ਗੱਲ ਕਰੀਏ ਬਿਮਾਰੀਆਂ ਦੀ ਤੇ ਕਈ ਘਾਤਕ ਬਿਮਾਰੀਆਂ ਨੇ ਜਿਸ ਤਰ੍ਹਾਂ ਕੈਂਸਰ ਹੋ ਗਈ ਜਾਂ ਦਿਲ ਦੀਆਂ ਬਿਮਾਰੀਆਂ ਨੇ ਆਮ ਤੁਸੀਂ ਉਹਨਾਂ ਦੀ ਦਵਾਈ ਲੈਣ ਜਾਓ ਤਾਂ ਬਹੁਤ ਜ਼ਿਆਦਾ ਮਹਿੰਗੀ ਹੁੰਦੀ ਹੈ ਨਾ ਤੇ ਇੰਨਾ ਹੀ ਲੋਕਾਂ ਨੂੰ ਇੰਨਾ ਪੇਸ਼ੈਂਟਸ ਨੂੰ ਲੰਬੇ ਅਰਸੇ ਲਈ ਦਵਾਈਆਂ ਲੈਣੀਆਂ ਪੈਂਦੀਆਂ ਨੇ ਕਿ ਇਸ ਤਰ੍ਹਾਂ ਦੀਆਂ ਦਵਾਈਆਂ ਵੀ ਉਪਲਬਧ ਨੇ ਇਨ੍ਹਾਂ ਕੇਂਦਰਾਂ ਤੇ ਬਿਲਕੁਲ ਤੁਹਾਡੀ ਗੱਲ ਬਿਲਕੁਲ ਸਹੀ ਹੈ ਜੀ ਬਹੁਤ ਸਾਰੇ ਸਵਾਲ ਸੀ ਇਹਦੇ ਵਿੱਚ ਇਦਾਂ ਕਿ ਜਿੱਦਾਂ ਬਹੁਤ ਕਾਤਕ ਬਿਮਾਰੀਆਂ ਜਿੱਦਾਂ ਤੁਸੀਂ ਇੱਕ ਦੱਸਿਆ ਕਿ ਕੈਂਸਰ ਡਾਇਬੀਟਿਕਸ ਹੈਗੇ ਆ ਹਾਰਟ ਪੀਸ਼ੈਂਟ ਹੈ ਜਿਨ੍ਹਾਂ ਨੂੰ ਆਪਣੇ ਲਾਈਫ ਲੌਂਗ ਤੱਕ ਦਵਾਈ ਖਾਣੀ ਪੈਂਦੀ ਹੈ ਜਿਹੜੀਆਂ ਕਿ ਮਾਰਕੀਟ 'ਚ ਕਾਫੀ ਕੋਸਟਲੀ ਜਿੱਦਾਂ ਕੈਂਸਰ ਹੋ ਗਿਆ ਡਾਇਬੀਟਿਕਸ ਦੀ ਹੋ ਗਿਆ ਹਾਰਟ ਦੀ ਕੋਸਟਲੀ ਮੈਡੀਸਿਨਸ ਹੈ ਜੀ ਠੀਕ ਹੈ ਇਹਨਾਂ ਦੇ ਕੋਲ ਜਿਹੜੇ ਸੈਂਟਰ ਦੇ ਵਿੱਚ ਤਕਰੀਬਨ ਹਰ ਬਿਮਾਰੀ ਦੀ ਕੈਂਸਰ ਦੀ ਵੀ ਹੈ ਡਾਇਬੀਟਿਕਸ ਦੀ ਵੀ ਹੈ ਹਾਰਟ ਦੀਆਂ ਵੀ ਹਰ ਤਰ੍ਹਾਂ ਦੀ ਮੈਡੀਸਿਨ ਹੈ ਔਰ ਬਹੁਤ ਹੀ ਚੀਪ ਰੇਟ ਤੇ ਹੈ ਬਹੁਤ ਘੱਟ ਰੀਡਤੀ ਨਦੀ ਦਵਾਈਆਂ ਇਹਨਾਂ ਦੀ ਉਪਲਬਧ ਹੈ ਜਦੋਂ ਅਸੀਂ ਘਾਤਕ ਬਿਮਾਰੀਆਂ ਦੀ ਗੱਲ ਕਰਦੇ ਹਾਂ ਤਾਂ ਲੋਕੀ ਪਹਿਲਾਂ ਤਾਂ ਬਿਮਾਰੀ ਦੇ ਨਾਮ ਤੋਂ ਹੀ ਡਰ ਜਾਂਦੇ ਨੇ ਫਿਰ ਜਦੋਂ ਡਾਕਟਰ ਦਵਾਈ ਲਿਖ ਕੇ ਦਿੰਦਾ ਹੈ ਤਾਂ ਉਹ ਇੱਕੋ ਹੀ ਦਵਾਈ ਜਿਹੜੀ ਉਹ ਵੱਖਰੀਆਂ ਵੱਖਰੀਆਂ ਕੰਪਨੀਆਂ ਚ ਜਦੋਂ ਤੁਸੀਂ ਲੈਣ ਜਾਂਦੇ ਹੋ ਕੋਈ ਦਵਾਈ ਜਿਹੜੀ ਉਹ 2000 ਦੀ ਹੁੰਦੀ ਹੈ ਕੋਈ ਦਵਾਈ 200 ਦੀ ਹੁੰਦੀ ਹੈ ਕੋਈ ਦਵਾਈ 20 ਰੁਪਏ ਦੀ ਆ ਜਾਂਦੀ ਹੈ ਹੁਣ ਜਿਹੜਾ ਬਿਮਾਰ ਹੈ ਬੰਦਾ ਉਹ ਚਾਹੁੰਦਾ ਹੈ ਕਿ ਜਾਂ ਉਹਦੇ ਪਰਿਵਾਰ ਵਾਲੇ ਨੇ ਚਾਹੁੰਦੇ ਨੇ ਕਿ ਸਭ ਤੋਂ ਵਧੀਆ ਇਲਾਜ ਜਿਹੜਾ ਉਹਦਾ ਹੋਵੇ ਤਾਂ ਕਿ ਇਹਦੀ ਲਾਈਫ ਐਕਸਪੈਕਟੈਂਸੀ ਜਿਹੜੀ ਆ ਉਹ ਲੰਬੀ ਹੋਵੇ ਤਾਂ ਉਸ ਕੇਸ ਵਿੱਚ ਇੱਕ ਧਾਰਨਾ ਜੀ ਬਣੀ ਹੁੰਦੀ ਕਿ ਮਹਿੰਗੀ ਦਵਾਈ ਜਿਹੜੀ ਹੈ ਨਾ ਉਹ ਜ਼ਿਆਦਾ ਵਧੀਆ ਆ ਤਾਂ ਉਹਦੇ ਬਾਰੇ ਥੋੜਾ ਜਿਹਾ ਚਾਨਣਾ ਪਾਓਗੇ ਦੇਖੋ ਜੀ ਬਿਲਕੁਲ ਠੀਕ ਹੈ ਜੀ ਇੱਕ ਦਵਾਈ ਜਿਹੜੀ ਬੇਸਿਕਲੀ ਜਿਹੜੀ ਦਵਾਈ ਹੈ ਉਹਦੇ ਵਿੱਚ ਆਪਾਂ ਸాల్ਟ ਦੇਖਣਾ ਹੁੰਦਾ ਕੀ ਹੈ ਉਹਦੇ ਵਿੱਚ ਹੈਗਾ ਕਿਹੜੀ ਕਿਹੜੀ ਚੀਜ਼ ਨੇ ਉਹਦਾ ਅਸਰ ਕਰਨਾ ਹੈ ਕਿਹੜੀ ਬਿਮਾਰੀ ਤੇ ਕਿਹੜਾ ਸాల్ਟ ਅਸਰ ਕਰਦਾ ਹੈ ਬੇਸਿਕਲੀ ਆਪਾਂ ਉਹ ਚੀਜ਼ ਦੇਖਣੀ ਹੁੰਦੀ ਹੈ ਇਹ ਗਵਰਨਮੈਂਟ ਦੇ ਹਿਲੇ ਆ ਇਹਦੇ ਵਿੱਚ ਗਵਰਨਮੈਂਟ ਅਪਡੇਟ ਕਰਦੀ ਹੈ ਆਪਣੇ ਗਾਈਡ ਕਰਦੀ ਹੈ ਆਰਡਰਸ ਕਰਦੀ ਹੈ ਕਿ ਤੁਸੀਂ ਜਿਹੜੇ ਆ ਡਾਕਟਰਸ ਨੂੰ ਕਿ ਉਹਦੇ ਜਿਹੜੀ ਦਵਾਈ ਆ ਉਹਦਾ ਸాల్ਟ ਲਿਖਿਆ ਕਰੋ ਜਿੱਦਾਂ ਕੋਈ ਸਿੰਗਲ ਸాల్ਟ ਹੈ ਤੁਸੀਂ ਉਹਦਾ ਸాల్ਟ ਲਿਖ ਦਿਓ ਕਿਸੇ ਵੀ ਜਿਹੜੀ ਆ ਜਿਹੜਾ ਬੰਦਾ ਅਫੋਰਡ ਕਰਦਾ ਕੋ ਮਹਿੰਗੀ ਅਫੋਰਡ ਕਰਦਾ ਮਹਿੰਗੀ ਲੈ ਲੈ ਜਿਹੜਾ ਕੋਈ ਨਹੀਂ ਅਫੋਰਡ ਕਰਦਾ ਉਹ ਸਸਤੀ ਲੈ ਲੈਂਦਾ ਠੀਕ ਹੈ ਉਹਦਾ ਬੇਸਿਕਲੀ ਜਿਹੜੇ ਆ ਬਿਮਾਰੀ ਤੇ ਜਿਹੜਾ ਕਿਸੇ ਵੀ ਬਿਮਾਰੀ ਤੇ ਅਸਰ ਜਿਹੜਾ ਉਹ ਜਿਹੜੀ ਦਵਾਈ ਦੇ ਵਿੱਚ ਪਿਆ ਹੋਇਆ ਉਹਦਾ ਸాల్ਟ ਹੈ ਉਹਨੇ ਅਸਰ ਕਰਨਾ ਹੁੰਦਾ ਤੇ ਉਹਦੇ ਉਹਦੇ ਵਿੱਚ ਜਿਹੜੇ ਆ ਗਵਰਨਮੈਂਟ ਦੇ ਹਿੱਲੇ ਵਿੱਚ ਚੱਲਦੇ ਆ ਗਵਰਨਮੈਂਟ ਜਿਹੜੀ ਹੈ ਆਪਣੇ ਡਾਇਰੈਕਸ਼ਨਾਂ ਦੇ ਦਿੰਦੀ ਹੈ ਕਿ ਤੋਂ ਅੱਗੇ ਅਪਡੇਟ ਕਰਦੀ ਹੈ ਦੇ ਕਿ ਤੁਸੀਂ ਉਹਦਾ ਸਾਲਟ ਲਿਖੋ ਸਾਲਟ ਜਿਹੜਾ ਬੇਸਿਕਲੀ ਸਾਲਟ ਨੇ ਅਸਰ ਕਰਨਾ ਹੈ ਜਿਹੜੇ ਦੋਇਦ ਵਿੱਚ ਇਹ ਮੈਡੀਸਨ ਹੈ ਮਤਲਬ ਦਵਾਈ ਦਾ ਜਿਹੜਾ ਨਾਮ ਲਿਖਿਆ ਹੁੰਦਾ ਹੈ ਉਹਦੇ ਨਾਲੋਂ ਦਵਾਈ ਦੇ ਵਿੱਚ ਜਿਹੜੀ ਅੰਦਰ ਚੀਜ਼ ਪਈ ਆ ਜਿਹੜਾ ਕੈਮੀਕਲ ਕੰਪਾਊਂਡ ਜਾਂ ਜੋ ਵੀ ਹੈਗਾ ਉਹਨੇ ਅਸਰ ਕਰਨਾ ਹੈ ਤਾਂ ਉਹ ਭਾਵੇਂ ਤੁਸੀਂ 200 ਚ ਲੈ ਲਓ ਭਾਵੇਂ ਤੁਸੀਂ ਉਹ 20 ਰੁਪਏ ਵਿੱਚ ਲੈ ਲਓ ਤੇ ਉਹ ਅਸਰ ਕਰੇਗਾ ਆ ਤੁਸੀਂ ਉਹਦੇ ਵਿੱਚ ਦੇਖਿਆ ਹੋਣਾ ਕਿ ਜਦੋਂ ਕੋਈ ਵੀ ਮੈਡੀਸਨ ਆਪ ਲੈਣੇ ਆ ਤੁਸੀਂ ਉਹਦੇ ਵਿੱਚ ਬੈਕ ਸਾਈਡ ਤੋਂ ਲਿਖਿਆ ਹੁੰਦਾ ਹੈ ਈਚ ਟੈਬਲੇਟ ਕੰਟੇਨਸ ਜਾਂ ਲਿਕਵਿਡ ਆਇਟਲਿਕ ਈਚ 5 ਐਮਲ ਕੰਟੇਨਸ ਅੱਗੇ ਉਹ ਸਾਲਟ ਲਿਖਿਆ ਹੁੰਦਾ ਮੈਡੀਸਨ ਦਾ ਜੀ ਜੀ ਉਹ ਜਿਹੜਾ ਉਹਦਾ ਸਾਲਟ ਲਿਖਿਆ ਆ ਬੀਸਿਕਲੀ ਉਹਨੇ ਉਹ ਜਿਹੜਾ ਆ ਅਫੈਕਟ ਕਰਨਾ ਹੁੰਦਾ ਕੋਈ ਬਿਮਾਰੀ ਆ ਉਹ ਅਸਰ ਕਰਦਾ ਆ ਜੀ ਜੀ ਹਾਂਜੀ ਅੱਛਾ ਇਹ ਜਿਹੜੇ ਜਨੌਸ਼ਧੀ ਕੇਂਦਰ ਨੇ ਇਹਨਾਂ ਨੂੰ ਖੋਲਣ ਵਾਸਤੇ ਕੋਈ ਨਾ ਕੋਈ ਪ੍ਰੋਸੀਜਰ ਹੋਏਗਾ ਕਿਹੜੀ ਕਿਹੜੀ ਜਗ੍ਹਾ ਦੇ ਉੱਤੇ ਇਹ ਕੇਂਦਰ ਖੋਲੇ ਜਾ ਸਕਦੇ ਨੇ ਇਹ ਜਿਹੜੇ ਆ ਸ਼ਹਿਰੀ ਸ਼ਹਿਰੀ ਏਰੀਏ ਵਿੱਚ ਕਿਤੇ ਵੀ ਇਹ ਖੋਲੇ ਜਾ ਸਕਦੇ ਆ ਜਿਹੜੇ ਸੈਂਟਰ ਆ ਇਹ ਜਿਸ ਤਰ੍ਹਾਂ ਮਤਲਬ ਕਿਸੇ ਵੀ ਪ੍ਰਾਈਵੇਟ ਜਗ੍ਹਾ ਦੇ ਉੱਤੇ ਹਾਂ ਪ੍ਰਾਈਵੇਟ ਜਗ੍ਹਾ ਤੇ ਵੀ ਸਿਵਲ ਸਰਕਾਰੀ ਹਸਪਤਾਲ 'ਚ ਵੀ ਖੁੱਲ ਸਕਦੇ ਆ ਪ੍ਰਾਈਵੇਟ ਹਸਪਤਾਲ 'ਚ ਵੀ ਖੁੱਲ ਸਕਦੇ ਆ ਤੇ ਸ਼ਹਿਰੀ ਏਰੀਏ 'ਚ ਕਿਤੇ ਵੀ ਇਹਨੂੰ ਖੋਲਿਆ ਜਾ ਸਕਦਾ ਹੈ ਤੇ ਇਹਨਾਂ ਨੂੰ ਖੋਲਣ ਵਾਸਤੇ ਕੀ ਕੀ ਚੀਜ਼ਾਂ ਦੀ ਜ਼ਰੂਰਤ ਹੁੰਦੀ ਹੈ ਮਤਲਬ ਤੁਹਾਨੂੰ ਕੀ ਕਰਨਾ ਪਵੇਗਾ ਤਾਂ ਕਿ ਜੇ ਤੁਸੀਂ ਚਾਹੁੰਦੇ ਹੋ ਕਿ ਤੁਸੀਂ ਇਹ ਕੇਂਦਰ ਖੋਲੋ ਦੇਖੋ ਇਹਦੇ ਵਾਸਤੇ ਸਭ ਤੋਂ ਪ੍ਰਾਇਮਰੀ ਰਿਕੁਆਇਰਮੈਂਟ ਜਿਹੜੀ ਹੈਗੀ ਹੈ ਇਦੇ ਵਾਸਤੇ ਕਿ ਪਹਿਲਾਂ ਆਨਲਾਈਨ ਅਪਲਾਈ ਕਰਨਾ ਪੈਂਦਾ ਹੁੰਦਾ ਜਿਹਦੇ ਵਾਸਤੇ ਰਿਕੁਆਇਰਮੈਂਟ ਹੈ ਕਿ ਜਿਹੜੀ ਸਪੇਸ ਰਿਕੁਆਇਰਮੈਂਟ ਜਿਹੜੀ ਆਪਾਂ ਦੁਕਾਨ ਜਿੱਥੇ ਖੋਲਣੀ ਹੈ ਉਹਦਾ ਪਹਿਲਾਂ ਸਾਈਜ਼ ਸਪੈਸੀਫਾਈ ਕੀਤਾ ਹੋਇਆ ਕਿ 120 ਸਕਰ ਫੁੱਟ ਦਾ ਉਹਦਾ ਸਾਈਜ਼ ਚਾਹੀਦਾ ਹੈ ਜੀ ਜੀ ਉਸ ਤੋਂ ਬਾਅਦ ਇਹਦੇ ਚਾਹੀਦੇ ਉਹਦੀ ਓਨਰਸ਼ਿਪ ਕੀ ਹੈ ਜੇਕਰ ਤੁਹਾਡੀ ਆਪਣੀ ਮਲਕੀਅਤ ਹੈ ਤੁਹਾਡੇ ਨਾਂ ਤੇ ਆਪਣੀ ਜ਼ਮੀਨ ਤੇ ਰਜਿਸਟਰੀ ਹੈ ਜਾਂ ਤੁਸੀਂ ਕਿਰਾਏ ਤੇ ਲਈ ਤੇ ਉਹਦਾ ਕਿਰਾਏ ਨਾਮਾ ਤੁਹਾਨੂੰ ਰਿਕੁਆਇਰਮੈਂਟ ਹੈ ਫਿਰ ਇਸ ਤੋਂ ਬਾਅਦ ਜਿਹੜਾ ਤੁਹਾਨੂੰ ਦੁਕਾਨ ਲਈ ਕੋਈ ਐਨਜੀਓ ਨੇ ਖੋਲਣਾ ਹੈ ਜਾਂ ਇਹਦੇ ਵਾਸਤੇ ਜਿਹੜੇ ਫਾਰਮਾਸਿਸਟ ਹੈਗੇ ਆ ਫਾਰਮਾਸਿਸਟ ਨੂੰ ਖੋਲ ਸਕਦੇ ਆ ਹਮ 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 ਤਾਂ ਜਦੋਂ ਤੁਸੀਂ ਖੋਲਣਾ ਸਭ ਤੋਂ ਪਹਿਲਾਂ ਤੁਹਾਨੂੰ ਆਨਲਾਈਨ ਇਹਦੀ ਐਪਲੀਕੇਸ਼ਨ ਦੇਣੀ ਹੈ ਕਿ ਕੋਈ ਦਫ਼ਤਰ ਵੀ ਹੈਗਾ ਜਿੱਥੇ ਜਾ ਕੇ ਲੋਕੀ ਮਤਲਬ ਕਈ ਲੋਕ ਨਹੀਂ ਆਨਲਾਈਨ ਅਪਲਾਈ ਕਰਨਾ ਚਾਹੁੰਦੇ ਕਈ ਨੂੰ ਲੱਗਦਾ ਹੈ ਕਿ ਆਨਲਾਈਨ ਜਿਹੜੀ ਉਹ ਤਾਂ ਗਾਇਬ ਹੀ ਹੋ ਜਾਣੀ ਪਤਾ ਨਹੀਂ ਕਿਸੇ ਨੇ ਪੜਨੀ ਕਿ ਨਹੀਂ ਤੋ ਕੋਈ ਦਫਤਰ ਇਹੋ ਜਿਹਾ ਹੋਵੇ ਜਿੱਥੇ ਜਾ ਕੇ ਤੁਸੀਂ ਆਪਣੀ ਐਪਲੀਕੇਸ਼ਨ ਦੇ ਸਕਦੇ ਹੋ ਇਹਦਾ ਮੇਨ ਹੈੱਡ ਆਫਿਸ ਇਹਦਾ ਦਿੱਲੀ ਹੈਗਾ ਤੁਸੀਂ ਇਹਦਾ ਵੈਬਸਾਈਟ ਤੋਂ ਇਹਦਾ ਪਰਫਾਰਮਾ ਕੱਢ ਕੇ ਇਹਦਾ ਨੂੰ ਭਰ ਕੇ ਫਿਲ ਕਰਕੇ ਤੁਸੀਂ ਬਾਈ ਪੋਸਟ ਵੀ ਇਹਨੂੰ ਫਿਜ਼ੀਕਲੀ ਭੇਜ ਸਕਦੇ ਹੋ ਨੂੰ ਤੇ ਆਨਲਾਈਨ ਜਿਹੜੀ ਇਹਦੀ ਵੈਬਸਾਈਟ ਤੇ ਜਾ ਕੇ ਤੁਸੀਂ ਉੱਥੇ ਵੀ ਸਬਮਿਟ ਕਰ ਸਕਦੇ ਆ ਤੋ ਇੱਕ ਵਾਰੀ ਤੁਸੀਂ ਆਨਲਾਈਨ ਇਹਨੂੰ ਅਪਲਾਈ ਕਰ ਦਿੱਤਾ ਤਾਂ ਉਸ ਤੋਂ ਬਾਅਦ ਅਗਲਾ ਕਦਮ ਕੀ ਹੋਏਗਾ ਜਦੋਂ ਤੁਸੀਂ ਇੱਕ ਵਾਰੀ ਆਨਲਾਈਨ ਅਪਲਾਈ ਕਰਤਾ ਉਹਦੇ ਵਿੱਚ ਤੁਹਾਨੂੰ ਆਪਣੇ ਸਾਰੇ ਡਾਕੂਮੈਂਟਸ ਜਿਹੜੇ ਅਪਲੋਡ ਕਰਨੇ ਪੈਂਦੇ ਆ ਇਹਦੇ ਵਿੱਚ ਜਿੱਦਾਂ ਤੁਹਾਨੂੰ ਪਹਿਲੇ ਦੱਸਿਆ ਕਿ ਅਗਰ ਫਾਰਮਾਸਿਸਟ ਨੂੰ ਆਪਣੇ ਫਾਰਮੇਸੀ ਸਰਟੀਫਿਕੇਟ ਵੈਲਿਡ ਫਾਰਮੇਸੀ ਸਰਟੀਫਿਕੇਟ ਚੜਾਉਣਾ ਪੈਂਦਾ ਜੀ ਉਦੋਂ ਪਾਰਟਿਕੂਲਰ ਸਟੇਟ ਤੋਂ ਉਹ ਜਿਹੜਾ ਉਹਦਾ ਰਜਿਸਟਰਡ ਹੋਵੇ ਉਹਦਾ ਉਸ ਤੋਂ ਬਾਅਦ ਜਿਹੜੇ ਆ ਡਾਕੂਮੈਂਟੇਸ਼ਨ ਜਿਹੜੀ ਆ ਰਿਗਾਰਡਿੰਗ ਪੋਜੈਸ਼ਨ ਆਫ ਸ਼ਾਪ ਜਿਹੜੀ ਆ ਉਹ ਉਹ ਤੁਹਾਨੂੰ ਅਪਲੋਡ ਕਰਨੇ ਪੈਂਦੇ ਆ ਜੀ ਜੀ ਸ਼ਾਪ ਦਾ ਤੁਹਾਨੂੰ ਅਡਰੈਸ ਦੇਣਾ ਪੈਂਦਾ ਆ ਉਹ ਸਾਰੇ ਜਦੋਂ ਤੁਹਾਡੇ ਸਾਰੇ ਡਾਕੂਮੈਂਟਸ ਜਿਹੜੇ ਆ ਤੁਸੀਂ ਉੱਤੇ ਅਪਲੋਡ ਕਰ ਦਿੰਦੇ ਹੋ ਪੋਰਟਲ ਤੇ ਅਪਲਾਈ ਕਰ ਦਿੰਦੇ ਆ ਤੁਹਾਡੇ ਡਾਕੂਮੈਂਟਸ ਜਿਹੜੇ ਆ ਇਹ ਜਿਹੜੇ ਆ ਇਹਦੀ ਆਰਗੇਨਾਈਜੇਸ਼ਨ ਜਿਹੜੀ ਆ ਸਾਰੇ ਚੈੱਕ ਕਰਦੀ ਆ ਉਸ ਤੋਂ ਬਾਅਦ ਅਗਰ ਤੁਸੀਂ ਫਿੱਟ ਪਾਉਂਦੇ ਉਹਨਾਂ ਦੇ ਅਕੋਰਡਿੰਗਲੀ ਕਿ ਸਾਰੇ ਡਾਕੂਮੈਂਟ ਪ੍ਰੋਪਰ ਸਹੀ ਆ ਉਹਨਾਂ ਦਾ ਇੱਕ ਕੋਈ ਉਹਨਾਂ ਦਾ ਮੋਤ ਮੋਤਵਾਰ ਬੰਦਾ ਜਿਹੜਾ ਆ ਕੇ ਤੁਹਾਡੀ ਦੁਕਾਨ ਦੀ ਵਿਜ਼ਿਟ ਕਰਦਾ ਆ ਉਹਦਾ ਵਿਜ਼ਿਟ ਦਾ ਇੱਕ ਕਾਰਨ ਹੈ ਕਿ ਉਹ ਦੇਖਦੇ ਆ ਕਿ ਉਹਨਾਂ ਦਾ ਜਿਹੜਾ ਆ ਡਿਸਟੈਂਸ ਉਹਨਾਂ ਨੇ ਰੱਖਿਆ ਕਿ 1 ਕਿਲੋਮੀਟਰ ਤੇ ਲਾਗੇ ਨਾ ਹੋਵੇ ਉਹਨਾਂ ਦੀ ਇੱਕ ਅਪਰੋਚ ਹੈ ਕਿ ਜਿਹੜਾ ਸਾਡਾ ਇੱਕ ਸੈਂਟਰ ਜਿਹੜਾ ਆ ਉਹ ਐਟ ਲੀਸਟ 1 ਕਿਲੋਮੀਟਰ ਦਾ ਏਰੀਆ ਕਵਰ ਕਰੇ ਜੀ ਜੀ ਠੀਕ ਆ ਬੀਸਿਕਲੀ ਉਹ ਚੀਜ਼ਾਂ ਚੈੱਕ ਕਰਨ ਆਉਂਦੇ ਆ ਫਿਰ ਉਹ ਦੁਕਾਨ ਦਾ ਉਹ ਆਪਣਾ ਦਿਖਦੇ ਆ ਉਸ ਤੋਂ ਬਾਅਦ ਅਗਰ ਉਹਨਾਂ ਨੂੰ ਫਿੱਟ ਲੱਗਦੀ ਹੈ ਉਹ ਫੇ ਉਹਨੂੰ ਇੱਕ ਅਪਰੂਵ ਕਰ ਦਿੰਦੇ ਆ ਹੂੰ ਹੂੰ ਉਹਦੀ ਇੱਕ ਅਪਰੂਵਲ ਲੈਟਰ ਜਿਹੜੀ ਹੈ ਜਿਹੜੀ ਐਪਲੀਕੈਂਟ ਨੇ ਅਪਲਾਈ ਕੀਤਾ ਹੁੰਦਾ ਉਹ ਫੇ ਉਹਨੂੰ ਉਹਦੀ ਮੇਲ ਆਈਡੀ 'ਸੋ ਉਹਨੂੰ ਪਾ ਦਿੰਦੇ ਆ ਜੀ ਜੀ ਉਹ ਜਦੋਂ ਉਹਦੀ ਮੇਲ ਤੇ ਉਹਨੂੰ ਅਪਲਾਈ ਕਰ ਦਿੰਦੇ ਆ ਉਹਨੂੰ ਉਹਦੀ ਅਪਰੂਵਲ ਆ ਜਾਂਦੀ ਆ ਹੂੰ ਹੂੰ ਉਸ ਚ ਫਿਰ ਉਹ ਜਿਹੜਾ ਬੰਦਾ ਐ ਐਪਲੀਕੈਂਟ ਜਿਹੜਾ ਐ ਉਸ ਲੈਟਰ ਦਾ ਪ੍ਰਿੰਟ ਲੈ ਕੇ ਉਹ ਸਾਡੇ ਨੂੰ ਅਪਰੋਚ ਕਰਦਾ ਫਿਰ ਕੰਸਲਟ ਮਤਲਬ ਡਰੱਗ ਕੰਟਰੋਲ ਆਫੀਸਰ ਕੋਲ ਆਉਂਦੇ ਹੋ ਫਿਰ ਉਹ ਆ ਕੇ ਉਸ ਤੋਂ ਬਾਅਦ ਫਿਰ ਜਿਹੜਾ ਆ ਉਹਦੀ ਐਪਲੀਕੇਸ਼ਨ ਜਿਹੜੀ ਸਾਡੇ ਆਫਿਸ ਵਿੱਚ ਉਹ ਆ ਕੇ ਸਾਨੂੰ ਦੱਸਦਾ ਕਿ ਸਾਡੀ ਮਰੀਆ ਅਪਰੂਵਲ ਆ ਗਈ ਹੈ ਜੀ ਫਿਰ ਸਾਡੀ ਜਿਹੜੀ ਐ ਸਟੇਟ ਗਵਰਨਮੈਂਟ ਦਾ ਕਿ ਇਹ ਸਾਡੀ ਸਾਰੀ ਲਾਇਸੈਂਸਿੰਗ ਜਿਹੜੀ ਆ ਉਹ ਆਨਲਾਈਨ ਹੈਗੀ ਆ ਜੀ ਜੀ ਜਿਹੜਾ ਕਿ ਸਾਡਾ ਇੱਕ ਵੈਬਸਾਈਟ ਹੈਗੀ ਹੈ xln.punjab.gov.in ਜੀ ਜੀ ਉਹਦੇ ਤੇ ਜਾ ਕੇ ਫਰਮ ਨੇ ਆਪਣੀ ਆਈਡੀ ਕ੍ਰੀਏਟ ਕਰਨੀ ਹੁੰਦੀ ਹੈ ਉਹ ਆਪਣੀ ਆਈਡੀ ਕ੍ਰੀਏਟ ਕਰਕੇ ਉਹਦੇ ਵਿੱਚ ਐਪਲੀਕੈਂਟ ਨੇ ਅਪਲਾਈ ਕਰਨਾ ਹੁੰਦਾ ਹੈ ਜਿਹਦੇ ਚ ਉਹਨਾਂ ਨੇ ਜਿਹਨੂੰ ਉਹਦੀ ਅਪਰੂਵਲ ਲੈਟਰ ਆਈ ਉਹ ਚੜਾਣੀ ਹੈ ਫਿਰ ਸਾਰੇ ਜਿਹਦਾ ਤੁਹਾਨੂੰ ਪਹਿਲਾਂ ਦੱਸਿਆ ਸੀ ਕਿ ਉਹਦੇ ਫਾਰਮੈਸੀਸਟ ਦੇ ਡਾਕੂਮੈਂਟਸ ਹੈਗੇ ਆ ਉਹ ਸਾਰੇ ਅਪਲੋਡ ਕਰਨੇ ਆ ਪੋਜੀਸ਼ਨ ਦੇ ਡਾਕੂਮੈਂਟਸ ਅਪਲੋਡ ਕਰਨੇ ਆ ਫਿਰ ਫ੍ਰਿਜ ਇਸੀ ਦੇ ਬਿੱਲ ਅਪਲੋਡ ਕਰਨੇ ਆ ਫਿਰ ਉਹ ਸਾਰੀ ਜਿਹੜੀ ਅਪਰੂਵਲ ਲੈਟਰ ਆਈ ਉਹ ਲਾ ਕੇ ਉਸ ਸਾਰਾ ਕੋ ਡਾਕੂਮੈਂਟ ਅਪਲੋਡ ਕਰਕੇ ਫਿਰ ਉਹ ਹੀ ਸੈਂਡ ਕਰ ਦਿੰਦਾ ਹੈ। ਮਤਲਬ ਪਹਿਲੇ ਕੇਂਦਰ ਵੱਲੋਂ ਜਿਹੜੀ ਹੈ ਦਿੱਲੀ ਤੋਂ ਤੁਹਾਡੀ ਅਪਰੂਵਲ ਆਏਗੀ। ਤੇ ਉਸ ਤੋਂ ਬਾਅਦ ਉਹ ਹੀ ਜਿਹੜੇ ਤੁਹਾਡੇ ਡਾਕੂਮੈਂਟਸ ਹੈ ਤੁਹਾਨੂੰ ਆਪਣੀ ਸੂਬਾ ਸਰਕਾਰ ਨੂੰ ਵੀ ਭੇਜਣੇ ਪੈਣਗੇ ਜਿੱਥੇ ਡਰੱਗ ਕੰਟਰੋਲ ਆਫੀਸਰ ਜਿਹੜੀ ਉਹਦੀ ਕਰਦੇ। ਤੇ ਇਹੋ ਜਿਹੇ ਕੁਝ ਲਾਭਪਾਤਰੀ ਨੇ ਜਿਨ੍ਹਾਂ ਨੇ ਇਸ ਯੋਜਨਾ ਤੋਂ ਲਾਭ ਉਠਾਇਆ ਹੈ ਆਉਂ ਦੇਖਦੇ ਹਾਂ ਕਿ ਉਹ ਕੀ ਕਹਿਣਾ ਚਾਹੁੰਦੇ ਨੇ। ਤੇ ਅਸੀਂ ਇੱਕ 10-12 ਸਾਲ ਤੋਂ ਦਵਾਈ ਲੈ ਰਹੇ ਆਂ ਜਨੋਸ਼ਧੀ ਦੋ ਤੇ ਬਹੁਤ ਵਧੀਆ ਸਰਕਾਰ ਨੇ ਕੀਤਾ ਹੋਇਆ ਕਿ ਕੀ ਨੰਦ ਨੇ ਸਸਤੀ ਦਵਾਈਆਂ ਮਿਲਦੀਆਂ ਨੇ ਕਿਤੇ ਨਾਲੇ ਸਾਨੂੰ ਫਾਇਦਾ ਹੈਗਾ ਔਰ ਜੋ ਵੀ ਮੋਦੀ ਸਰਕਾਰ ਤੇ ਜੋ ਵੀ ਕਰਦੀ ਪਈ ਚੰਗਾ ਕਰਦੀ ਪਈ ਨਾਲੇ ਦਵਾਈਆਂ ਸਸਤੀਆਂ ਨੇ ਪਈ ਨੇ ਲੋਕਾਂ ਨੂੰ ਸਹੂਲਤਾਂ ਮਿਲਦੀਆਂ ਪਈਆਂ ਨੇ ਹੋਰ ਹੀ ਵਧੀਰੀਆਂ ਜਿਹੜਾ ਹਸਪੀਟਲ ਸਰਕਾਰੀ ਖੋਲਿਆ ਗਿਆ ਇਹ ਤਾਂ ਬਹੁਤ ਵਧੀਆ ਜਿੰਨਾ ਫਾਇਦਾ ਇੱਥੇ ਸਹੂਲਤਾਂ ਨਾਲ ਜਿੱਦਾਂ ਬਾਹਰੋਂ ਦਵਾਈ ਆਪਾਂ ਨੂੰ 200 ਦੀ ਮਿਲਣੀ ਹੈ ਇੱਥੋਂ ਆਪਾਂ ਨੂੰ 50 ਦੀ ਮਿਲ ਜਾਣੀ ਆ ਇੰਨਾ ਜਿਆਦਾ ਫਾਇਦਾ ਕੀਤਾ ਗਵਰਨਮੈਂਟ ਨੇ ਕਿ ਗਵਰਨਮੈਂਟ ਦੇ ਆਪਾਂ ਕਿਹੜਾ ਵੀ ਕੋਟ ਦੇਣਾ ਚਾਹੇ ਲੈਣਾ ਕਰਨਾ ਆਪਾਂ ਨੂੰ ਫ੍ਰੀ ਦਵਾਈ ਜਿਹੜੀ ਕਿ ਕਿੰਨੀ ਦਿੱਈ ਜਾਂਦੇ ਆ ਉਹ ਐਸਟੀ ਵੀ ਦਿੰਦੇ ਆ ਚਲੋ ਬਹੁਤ ਵਧੀਆ ਦਵਾਈ ਦਿੰਦੇ ਬਾਹਰ ਦੇ ਮੈਡੀਕਲ ਨਾਲੋਂ ਬਹੁਤ ਜਿਆਦਾ ਡਿਫਰੈਂਟ ਵੀ ਦਵਾਈ ਵੀ ਬਹੁਤ ਵਧੀਆ ਵਾ ਬਾਹਰ ਦੀ ਦਵਾਈ ਵੀ ਮਾੜੀ ਆ ਅਸਰ ਵੀ ਨਹੀਂ ਹੁੰਦਾ ਠੀਕ ਵੀ ਨਹੀਂ ਹੁੰਦਾ ਇਹ ਦਵਾਈ ਨਾਲ ਠੀਕ ਵੀ ਹੋ ਜਾਈਦਾ ਵਾ ਤੇ ਸਾਨੂੰ ਬਹੁਤ ਫਾਇਦਾ ਪਾਜੀ ਇਸ ਦਵਾਈ ਨਾਲ ਮੇਰਾ ਨਾਮ ਪ੍ਰਕਾਸ਼ ਸਿੰਘ ਆ ਜੀ ਇਹ ਜਿਹੜਾ ਸਰਕਾਰ ਨੇ ਪ੍ਰਾਨਨਾ ਕੀਤਾ ਜਾਂ ਨਾ ਉਸਤੀ ਦਾ ਇਹ ਬਹੁਤ ਅੱਛਾ ਜੀ ਤੇ ਇਹ ਸਾਨੂੰ ਗਰੀਬਾਂ ਨੂੰ ਇੱਥੋਂ ਦਵਾਈਆਂ ਬਹੁਤ ਸਸਤੀਆਂ ਮਿਲਦੀਆਂ ਬਾਜ਼ਾਰ ਦੇ ਨਾਲ ਜੀ ਬਹੁਤ ਵਧੀਆ ਬਹੁਤ ਸਹੂਲਤ ਹੈ ਇਹ ਦੀ ਲੋਕਾਂ ਨੂੰ ਇੱਥੋਂ ਦਵਾਈ ਮਿਲ ਜਾਂਦੀ ਹੈ ਸਰਕਾਰੀ ਹਸਪਤਾਲ ਦੇ ਵਿੱਚ ਆ ਕਿਤੇ ਦੂਰ ਨਹੀਂ ਜਾਣਾ ਪੈਂਦਾ ਪਹਿਲਾਂ ਦੂਰ ਦਾ ਜਾਣਾ ਪੈਂਦਾ ਇਹ ਲੈਣ ਤੋਂ ਹੁਣ ਇੱਥੋਂ ਸਭ ਕੁਝ ਮਿਲ ਜਾਂਦੀ ਹੈ ਨਾਲੇ ਸਸਤੀ ਮਿਲਦੀ ਹੈ ਬਾਜ਼ਾਰ ਦੇ ਰੇਟ ਨਾਲ ਬਿਲਕੁਲ ਤੇ ਬਹੁਤ ਫਾਇਦਾ ਲੋਕਾਂ ਨੂੰ ਸਾਨੂੰ ਬਹੁਤ ਜ਼ਿਆਦਾ ਪਿਛਲੀ 13 ਸਾਲ ਦਾ ਇਹ ਸਟੋਰ ਖੁੱਲਿਆ ਆ ਤੇ ਕਾਫੀ ਆਪਣੇ ਗੁਲਾਮ ਲੈ ਰਹੇ ਆ ਪਿਛਲੇ ਇਹਦੇ ਵਿੱਚ 2 ਤੋਂ 2 ਕਲਾਸ ਤਰ੍ਹਾਂ ਦੀ ਦਵਾਈ ਹੈਗੀ ਸਰਜਰੀਕਲ ਆਈਟਮ ਵੀ ਹੈਗੀ ਨਾਲ ਔਰ ਇਹ ਮੈਡੀਸਨ ਹੋएगी ਬਾਜ਼ਾਰ ਨਾਲੋਂ ਕਾਫੀ ਘੱਟ ਰੇਟ ਤੇ ਆ ਤਾਂ ਤੌਰ ਤੇ ਜਿਹੜਾ ਪੱਤਾ ਜਿਹੜਾ ਸਟਿੱਪ ਮੈਡੀਸਨ ਦਾ ਬਾਹਰ 50 ਰੁਪਏ ਦਾ ਇੱਥੇ 5 ਰੁਪਏ ਦਾ ਜਾਂ ਕੋਈ ਕਾਫੀ ਸਿਰਮ ਵੱਲੋ ਜਿਹਵੇਂ ਬਾਹਰ 80 ਰੁਪਏ ਦਾ ਹੋਵੇ ਉਥੇ 20 ਰੁਪਏ ਦਾ ਕਾਫੀ ਲੈਸ ਤੇ ਮੈਡੀਸਨ ਦੇਈ ਦੇ ਇਤੋਂ ਸਰਕਾਰ ਸੋ ਤੁਸੀਂ ਦੇਖਿਆ ਕਿ ਕਿਸ ਤਰ੍ਹਾਂ ਲੋਕ ਇਸ ਯੋਜਨਾ ਦਾ ਲਾਭ ਉਠਾ ਰਹੇ ਨੇ ਤੁਸੀਂ ਵੀ ਇਹਦੇ ਲਾਭਪਾਤਰੀ ਬਣ ਸਕਦੇ ਹੋ ਤੇ ਖਾਸ ਕਰਕੇ ਜੇ ਤੁਸੀਂ ਕੇਂਦਰ ਖੋਲਣਾ ਚਾਹੁੰਦੇ ਹੋ ਸਭ ਤੋਂ ਪਹਿਲੀ ਜਿਹੜੀ ਗੱਲ ਧਿਆਨ ਵਿੱਚ ਰੱਖਣ ਵਾਲੀ ਉਹ ਇਹ ਹੈਗੀ ਹੈ ਕਿ ਤੁਹਾਡੇ 1 ਕਿਲੋਮੀਟਰ ਦੇ ਦਾਇਰੇ ਵਿੱਚ ਪਹਿਲਾਂ ਹੀ ਕੋਈ ਜਨੌਸ਼ਧੀ ਕੇਂਦਰ ਨਹੀਂ ਹੋਣਾ ਚਾਹੀਦਾ ਤੇ ਜਿਸ ਤਰ੍ਹਾਂ ਕਿ ਸਾਨੂੰ ਅਮਰਜੀਤ ਸਿੰਘ ਜੀ ਨੇ ਦੱਸਿਆ ਕਿ ਸਰਕਾਰ ਜਿਹੜੀ ਹੈ ਸਰਕਾਰ ਤੋਂ ਅਪਰੂਵਲ ਤੋਂ ਬਾਅਦ ਸੂਬਾ ਸਰਕਾਰ ਦੀ ਅਪਰੂਵਲ ਚਾਹੀਦੀ ਹੁੰਦੀ ਹੈ। ਤੋਂ ਜਦੋਂ ਤੁਹਾਡੇ ਕੋਲ ਚਿੱਠੀ ਆ ਗਈ ਜਾਂ ਅਪਰੂਵਲ ਆ ਗਈ ਉਸ ਤੋਂ ਬਾਅਦ ਅਗਲਾ ਪ੍ਰੋਸੈਸ ਕੀਏਗਾ ਤੁਹਾਡਾ। ਜਦੋਂ ਸਾਡੇ ਕੋਲ ਇਹਨਾਂ ਦੀ ਐਪਲੀਕੇਸ਼ਨ ਆਉਂਦੀ ਹੈ ਅਸੀਂ ਸਾਰੇ ਡਾਕੂਮੈਂਟ ਉਹਨਾਂ ਦੇ ਚੈੱਕ ਕਰੀਤੇ ਆ। ਹਮਮ ਪ੍ਰੋਪਰ ਸਾਰੇ ਡਾਕੂਮੈਂਟ ਉਹਨਾਂ ਦੇ ਚੈੱਕ ਕਰਨ ਤੋਂ ਬਾਅਦ ਸਾਡੀ ਫਿਰ ਸਾਡੀ ਡਿਪਾਰਟਮੈਂਟਲ ਵਿਜ਼ਿਟ ਹੁੰਦੀ ਆ ਸ਼ਾਪ ਤੇ ਜਿਹਨੂੰ ਕਿ ਅਸੀਂ ਉਹਦਾ ਜੋ ਪੈਰਾਮੀਟਰ ਸਾਡੇ ਹੈ ਕਿ 10 ਸਕਰ ਮੀਟਰ ਦਾ ਏਰੀਆ ਸਾਡੇ ਅਕੋਰਡਿੰਗਲੀ ਜ਼ਰੂਰੀ ਹੁੰਦਾ ਜਿੱਦਾਂ ਉਹਨਾਂ ਨੇ 120 ਸਕਰ ਫੁੱਟ ਕਿਹਾ ਜੀ ਜੀ ਠੀਕ ਹੈ ਲਗਭਗ ਸਾਡਾ ਵੀ ਸੇਮ ਹੀ ਹੈਗਾ ਉਹ ਫਿਰ ਅਸੀਂ ਜਾ ਕੇ ਆਪਣੀ ਜਿਹੜੀ ਹੈ ਇੱਕ ਵਾਰੀ ਉਹਨੂੰ ਏਰੀਆ ਬੇਨਤੀ ਕਰਨਾ ਹੁੰਦਾ ਅਸੀਂ ਉਹਦੇ ਫ੍ਰਿਜ ਏਸੀ ਵਗੈਰਾ ਚੈੱਕ ਕਰਨੇ ਹੁੰਦੇ ਆ ਉਸ ਤੋਂ ਬਾਅਦ ਅਸੀਂ ਵੀ ਆਪਣੀ ਰਿਪੋਰਟ ਜਿਹੜੀ ਹੈ ਸਾਰੀ ਆਪਣੀ ਫਿਲ ਕਰਕੇ ਅਸੀਂ ਫਰਦਰ ਲਾਇਸੈਂਸਿੰਗ ਅਥਾਰਟੀ ਨੂੰ ਜਿਹੜੀ ਆ ਅਪਰੂਵਲ ਹੀ ਭੇਜ ਦੇਦੀ ਆ ਜੀ ਉਸ ਤੋਂ ਬਾਅਦ ਇਹਨਾਂ ਦਾ ਅਪਰੂਵ ਹੋ ਕੇ ਇਹਨਾਂ ਨੂੰ ਲਾਇਸੈਂਸ ਗ੍ਰਾਂਟ ਹੋ ਜਾਂਦਾ ਜਿਸ ਤੋਂ ਬਾਅਦ ਇਹ ਆਪਣਾ ਬਿਜ਼ਨਸ ਜਿਹੜਾ ਆ ਸਟਾਰਟ ਕਰ ਸਕਦੇ ਆ ਅੱਛਾ ਇਹ ਪੂਰਾ ਜਿਹੜਾ ਹੈਗਾ ਸ਼ੁਰੂ ਤੋਂ ਲੈ ਕੇ ਆਖੀਰ ਤੱਕ ਕਿੰਨੇ ਕੁ ਦਿਨਾਂ ਦਾ ਪ੍ਰੋਸੈਸ ਹੈਗਾ ਹੈ ਇਹ ਦੇਖੋ ਸਾਰਾ ਆਨਲਾਈਨ ਸਿਸਟਮ ਆ ਜੇ ਆਪਾਂ ਸੈਂਟਰ ਦੀ ਗੱਲ ਕਰੀਏ ਜਦੋਂ ਐਪਲੀਕੇਸ਼ਨ ਨੂੰ ਅਪਲਾਈ ਕਰਨ ਤੋਂ ਵੇਲੇ ਤੋਂ ਲੈ ਕੇ ਉਦੋਂ ਵੀ ਆਨਲਾਈਨ ਸਿਸਟਮ ਹੈ ਉਥੋਂ ਉਹਨਾਂ ਦੀ ਆਨਲਾਈਨ ਦੀ ਉਹਨਾਂ ਦੀ ਅਪਰੂਵਲ ਆ ਜਾਨੀ ਹੈ ਉਹ ਸਾਡਾ ਵੀ ਉਸ ਤੋਂ ਬਾਅਦ ਆਨਲਾਈਨ ਸਿਸਟਮ ਹੈਗਾ ਆ ਜਦੋਂ ਐਪਲੀਕੈਂਟ ਅਪਲਾਈ ਕਰਦਾ ਆ ਸਾਡੇ ਕੋਲ ਜਿਹੜੀ ਹੈ ਆਨਲਾਈਨ ਸਿਸਟਮ ਜਦੋਂ ਆ ਜਾਂਦੀ ਹੈ ਸਾਡੇ ਵਿੱਚ ਆਨਲਾਈਨ ਸਿਸਟਮ ਵਿੱਚ ਕੀ ਹੈ ਕਿ ਜਿਹੜੀ ਕੋ ਫਾਈਲ ਜੜੀ ਪਹਿਲਾਂ ਆਂਦੀ ਹੈ ਉਹ ਸੀਰੀਅਲ ਵਾਈਜ਼ ਲੱਗ ਜਾਂਦੀ ਹੈ ਜਿਹੜੀ ਕੋ ਫਾਈਲ ਪਹਿਲਾਂ ਆਈ ਉਹਨੇ ਉਹਨੇ ਪਹਿਲਾਂ ਉਹਦੀ ਚੈਣੀ ਜਾਂਦੀ ਹੈ ਉਹ ਅਸੀਂ ਅਕੋਰਡਿੰਗਲੀ ਸੀਰੀਅਲ ਆਰਡਰ ਚ ਲੱਗ ਜਾਂਦੀ ਹੈ ਉਹਨਾਂ ਦੀ ਜੇ ਕੋਈ ਫਾਈਲ 'ਚ ਓਬਜੈਕਸ਼ਨ ਨਾ ਆਵੇ ਕੋਈ ਕੁਰੀ ਨਾ ਲੱਗੇ ਉਹ ਫਾਈਲ ਟਾਈਮਲੀ ਜਿਹੜੀ ਹੈ ਨਿਕਲ ਜਾਂ ਠੀਕ ਹੈ ਹੁਣ ਜਨ ਔਸ਼ਧੀ ਕੇਂਦਰ ਜਿਨ੍ਹਾਂ ਨੇ ਖੋਲੇ ਹੋਏ ਨੇ ਤਾਂ ਅਸੀਂ ਕਹਿੰਨੇ ਆ ਕਿ ਇਹ ਘੱਟ ਮੁੱਲ ਤੇ ਲੋਕਾਂ ਤੱਕ ਦਵਾਈਆਂ ਪਹੁੰਚਾਉਣ ਦਾ ਇੱਕ ਜ਼ਰੀਆ ਨੇ ਪਰ ਜੇਕਰ ਮੁੱਲ ਘੱਟ ਹੋਏਗਾ ਤੇ ਦਾ ਮਤਲਬ ਕਮਾਈ ਵੀ ਘੱਟ ਹੋਏਗੀ ਤੇ ਇਹਨੂੰ ਫਿਰ ਇੱਕ ਸਿੰਗਲ ਜਾਂ ਇਕਲੋਜ਼ਗਾਰ ਦੇ ਤੌਰ ਤੇ ਲੈਣਾ ਕਿੰਨਾ ਕੁ ਫਾਇਦੇਮੰਦ ਹੈ ਲੋਕਾਂ ਲਈ ਦੇਖੋ ਜੀ ਇਦਾਂ ਹੈ ਕਿ ਇਹਦੇ ਵਿੱਚ ਜਿਹੜੀ ਹੈ ਜਿਹੜੀ ਆਰਗੇਨਾਈਜੇਸ਼ਨ ਆ ਜਿਹੜੀ ਹੈ ਇਹ ਪ੍ਰਧਾਨ ਮੰਤਰੀ ਜਨ ਔਸ਼ਧੀ ਯੋਜਨਾ ਜਿਹੜੀ ਹੈ ਇਹਦੇ ਤੇ ਜਿਹੜੇ ਵੀ ਖੋਲਦੇ ਆ ਇਹਦੇ ਚ ਇਹਨਾਂ ਨੇ ਆਪਣੇ ਸਭ ਤੋਂ ਪਹਿਲਾਂ ਇੱਕ ਡਿਸਟ੍ਰੀਬਿਊਟਰ ਜਿਹਨੂੰ ਕੰਮ ਹੌਲ ਸੇਲਰ ਆਪਾਂ ਕਹਿੰਦੇ ਆ ਅੱਛਾ ਜੀ ਉਹ ਸਭ ਤੋਂ ਪਹਿਲਾਂ ਉਹਨਾਂ ਦੇ ਡਿਸਟ੍ਰੀਬਿਊਟਰ ਜਾਂ ਸਟਾਕਿਸ ਜਿਹੜੇ ਆ ਉਹਨਾਂ ਕੋਲ ਮੈਡੀਸਨ ਆਉਂਦੀ ਆ ਜਿਹਦੇ ਕਿ ਉਹ ਉਹਨਾਂ ਨੂੰ ਸਟਾਕਿਸ ਨੂੰ 10% ਮਾਰਜਨ ਦਿੰਦੇ ਆ ਹੂੰ ਹੂੰ ਉਸ ਤੋਂ ਬਾਅਦ ਜਿਹੜੇ ਆ ਰਿਟੇਲਰ ਜਿਹੜੇ ਆ ਜਿਹੜੇ ਆਪਣੇ ਪ੍ਰਧਾਨ ਮੰਤਰੀ ਜਨ ਅਸ਼ ਦੀ ਕੇਂਦਰ ਖੋਲਦੇ ਆ ਰਿਟੇਲਿੰਗ ਕਰਦੇ ਆ ਇਹਨਾਂ ਨੂੰ ਚ ਮੈਡੀਸਨ ਦੇ ਵਿੱਚ 20% ਦਾ ਮਾਰਜਨ ਆਂਦਾ ਹੈ ਇਹਨਾਂ ਨੂੰ ਜੀ ਇਹਨਾਂ ਦਾ ਮਾਰਜਨ ਹੁੰਦਾ ਹੈ ਜੀ ਹੁਣ ਸਸਤੀਆਂ ਉਹਦੇ ਵਿੱਚ ਰੋਜ਼ਗਾਰ ਅੱਛਾ ਚੱਲ ਜਾਂਦਾ ਹੈ ਅੱਛਾ ਅੱਛਾ ਸਕੋਪ ਹੈਗਾ ਇਹਨਾਂ ਦੇ ਵਿੱਚ ਹੁਣ ਅਸੀਂ ਆਮ ਜਿਹੜੇ ਕੇਂਦਰ ਦੇਖਦੇ ਆ ਜਿੱਥੋਂ ਅਸੀਂ ਦਵਾਈਆਂ ਲੈਂਦੇ ਆ ਕੈਮਿਸਟ ਅਸੀਂ ਦੇਖਦੇ ਆ ਕਿ ਉਹਨਾਂ ਕੋਈ ਤਰ੍ਹਾਂ ਦੇ ਉਤਪਾਦ ਹੋਰ ਵੀ ਹੁੰਦੇ ਨਾ ਕੋਸਮੈਟਿਕਸ ਹੁੰਦੇ ਉਹਨਾਂ ਨੇ तकरीबन ਸਾਰੀਆਂ ਕੰਪਨੀਆਂ ਦੇ ਰੱਖੇ ਹੁੰਦੇ ਸ਼ੈਂਪੂਜ਼ ਰੱਖੇ ਹੁੰਦੇ ਕਿ ਜਿਹੜੇ ਜਾਨੋਸ਼ਦੀ ਕੇਂਦਰ ਵਾਲੇ ਇਹਨਾਂ ਨੂੰ ਖੁੱਲ ਹੈਗੀ ਆ ਕਿ ਇਹ ਦੂਸਰੀਆਂ ਕੰਪਨੀਆਂ ਦੇ ਉਤਪਾਦ ਆਪਣੀ ਦੁਕਾਨ ਤੇ ਵੇਚ ਸਕਣ ਦੇਖੋ ਇਹ ਇਹਨਾਂ ਨੇ ਬੇਸਿਕਲੀ ਪ੍ਰਧਾਨਮਤ ਜਾਨੋਸ਼ ਦੀ ਕੇਂਦਰ ਤੇ ਜਿਹੜੇ ਪ੍ਰੋਡਕਟ ਹੈਗੇ ਆ ਜਿਦਾ ਸਰਜਿਕਲ ਹੋਗਾ ਹੂੰ ਤੇ ਮੈਡੀਸਨ ਉਹ ਹੀ ਰੱਖਣੀ ਹੈ ਇਹਨਾਂ ਨੇ ਜੀ ਠੀਕ ਹੈ ਬਾਕੀ ਕੋਸਮੈਟਿਕਸ ਦਾ ਇਹ ਰੱਖ ਸਕਦੇ ਆ ਹੂੰ ਹੂੰ ਕਿਉਂਕਿ ਉਹ ਮੈਡੀਸਨ ਨਹੀਂ ਹੈਗੀ ਹੂੰ ਹੂੰ ਤੇ ਬਾਕੀ ਇਹਨਾਂ ਨੇ ਪ੍ਰੋਡਕਟ ਜਿਹੜੇ ਆਪਣੀ ਜਿਹੜੀ ਇਹਨਾਂ ਨੂੰ ਲਿਸਟ ਜਿਹੜੀ ਆ ਅਕੋਰਡਿੰਗਲੀ ਇਹਨਾਂ ਨੇ ਉਹਦੀ ਕਰਨੀ ਹੁੰਦੀ ਆ ਕਲਸ ਜਿਹੜੀ ਇਹਨਾਂ ਨੂੰ ਸੇਲ ਜਿਹੜੀ ਹੈ ਉਹ ਅਕੋਰਡਿੰਗਲੀ ਇਹਨਾਂ ਦਾ ਪੋਰਟਲ ਬਣਿਆ ਹੈ ਇਹਨਾਂ ਦਾ ਇਹਨਾਂ ਨੇ ਉਸ ਤੇ ਉਹਦੀ ਹੀ ਸੇਲ ਪਾਣੀ ਹੈ ਇਹਨਾਂ ਦੇ ਮਤਲਬ ਕਿ ਜਿਹੜੀ ਉਸ ਵੈਬਸਾਈਟ ਦੇ ਉੱਤੇ ਜਿਹੜੀ ਕੀਮਤ ਲਿਖੀ ਹੋਏਗੀ ਉਸੇ ਕੀਮਤ ਤੇ ਹੀ ਇਹ ਦਵਾਈਆਂ ਜਿਹੜੀਆਂ ਨੇ ਵੇਚ ਸਕਦੇ ਨੇ ਹੁਣ ਜਿਹੜੇ ਇਹਨਾਂ ਕੇਂਦਰਾਂ ਦੇ ਮਾਲਕ ਨੇ ਜਿਨ੍ਹਾਂ ਨੇ ਇਹ ਕੇਂਦਰ ਸ਼ੁਰੂ ਕੀਤੇ ਨੇ ਇੱਕ ਤਰੀਕੇ ਨਾਲ ਦੇਖੀਏ ਤਾਂ ਇਹ ਸਰਕਾਰ ਵੱਲੋਂ ਯੂ ਨਾ ਲੋਕਾਂ ਤੱਕ ਪਹੁੰਚਾਉਣ ਲਈ ਆਮ ਨਾਗਰਿਕਾਂ ਨੂੰ ਹੀ ਅੱਗੇ ਕੀਤਾ ਗਿਆ ਤਾਂ ਇਹਨਾਂ ਲੋਕਾਂ ਦੀਆਂ ਕੁਝ ਜ਼ਿੰਮੇਵਾਰੀਆਂ ਵੀ ਬਣਦੀਆਂ ਨੇ ਨਾਗਰਿਕਾਂ ਦੇ ਪ੍ਰਤੀ ਹੁਣ ਦੱਸੋਗੇ ਕਿ ਇਹਨਾਂ ਦੀਆਂ ਕੀ ਕੀ ਰਿਸਪੌਂਸਿਬਿਲਿਟੀਆਂ ਨੇ ਜਿਹੜੀਆਂ ਇਹਨਾਂ ਨੂੰ ਦੱਸੀਆਂ ਜਾਂਦੀਆਂ ਨੇ ਜਦੋਂ ਇਹਨਾਂ ਨੇ ਇਹ ਕੇਂਦਰ ਖੋਲਣੇ ਹੁੰਦੇ ਤਾਂ ਇਹਨਾਂ ਨੇ ਦੇਖੋ ਪਹਿਲਾਂ ਤਾਂ ਪਬਲਿਕ ਨੂੰ ਇਹਨਾਂ ਅਵੇਅਰਨੈਸ ਕਰਨੀ ਹੁੰਦੀ ਹੈ ਇਹਨਾਂ ਦੀ ਪਹਿਲੀ ਡਿਊਟੀ ਤਾਂ ਉਹੀ ਹੈ ਕਿ ਪਬਲਿਕ ਨੂੰ ਵੇਅਰ ਕਰਨਾ ਹੈ ਕਿ ਇਹ ਜਿਹੜੀ ਦਵਾਈ ਆ ਇਹ ਦਾ ਵੀ ਉਨਾ ਹੀ ਇਫੈਕਟਿਵ ਹੈ ਜਿੰਨੀ ਕਿ ਬਾਹਰ ਮਾਰਕੀਟ 'ਚ ਤੁਹਾਨੂੰ ਮਿਲਦੀ ਉਹ ਦਾ ਜੀ ਉਹਨਾਂ ਨੇ ਲੋਕਾਂ ਨੂੰ ਜਾਗਰੂਕ ਕਰਨਾ ਉਹ ਇਹਨਾਂ ਦੀ ਜ਼ਿੰਮੇਵਾਰੀ ਹੈ ਹੂੰ ਠੀਕ ਹੈ ਇਹਨਾਂ ਨੇ ਪਲੱਸ ਇਹਨਾਂ ਨੇ ਸਾਰਾ ਉਹਦਾ ਜਿਹੜਾ ਪ੍ਰੋਪਰ ਮੇਨਟੇਨ ਕਰਨੇ ਆ ਅਗਰ ਕੋਈ ਦਵਾਈ ਹੈ ਉਹਦੀ ਸਟੋਰੇਜ ਕੰਡੀਸ਼ਨਸ ਕੀ ਹੈ ਉਹ ਇਹਨਾਂ ਨੇ ਪ੍ਰੋਪਰ ਦੇਖਣੀ ਆ ਤੇ ਇਹਨਾਂ ਦੀ ਜ਼ਿੰਮੇਵਾਰੀ ਬਣਦੀ ਹੈ ਕਿ ਹਰ ਜੇ ਸਸਤੀ ਦਵਾਈ ਗਵਰਨਮੈਂਟ ਨੇ ਦਿੱਤੀ ਹੈ ਤੇ ਪਬਲਿਕ ਨੂੰ ਸਸਤੀ ਤੇ ਸਹੀ ਦਵਾਈ ਦਿੱਤੀ ਜਾਵੇ ਇਦਾਂ ਨਹੀਂ ਕਿ ਜੇ ਅਗਰ ਕੋਈ ਦਵਾਈ ਦਾ ਕੋਈ ਸਟੋਰ ਕੋਈ ਫ੍ਰਿਜ ਵਿੱਚ ਰੱਖਣ ਵਾਲੀ ਮੈਡੀਸਨ ਆ ਉਹ ਬਾਹਰ ਨਹੀਂ ਰੱਖਣੀ ਹੋਣੀ ਚਾਹੀਦੀ ਪ੍ਰੋਪਰ ਸਟੋਰੇਜ ਕੰਡੀਸ਼ਨ ਜਿਹਨੇ ਐਸ ਪਰ ਲੇਬਲ ਤੇ ਜਿੰਨਾ ਉਹਦਾ ਟੈਂਪਰੇਚਰ ਸਟੋਰੇਜ ਕੰਡੀਸ਼ਨ ਹੁੰਦੀ ਹੈ ਅਕੋਰਡਿੰਗਲੀ ਉਹਨਾਂ ਨੇ ਉਹ ਟੈਂਪਰੇਚਰ ਮੇਨਟੇਨ ਕਰਕੇ ਉਸ ਮੇਨਟੇਨ ਟੈਂਪਰੇਚਰ ਦੇ ਵਿੱਚ ਹੀ ਰੱਖਣੀ ਆਉਂਦੀ ਹੈ ਹਾਂ 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 ਜੀ ਐਕਸਪਾਇਰੀ ਜਿਹੜੀ ਐ ਟਾਈਮਲੀ ਉਹਨਾਂ ਨੇ ਚੈੱਕ ਕਰਨੀ ਹੁੰਦੀ ਹੈ ਐਕਸਪਾਇਰ ਦਵਾਈ ਜਿਹੜੀ ਐ ਉਹਨਾਂ ਨੇ ਸੈਪਰੇਟ ਕਰਕੇ ਰੱਖਣੀ ਹੈ ਤੇ ਉਹਨਾਂ ਨੇ ਜਿਹੜੀ ਐ ਸਾਰਾ ਪ੍ਰੋਪਰ ਇਹਦਾ ਰਿਕਾਰਡ ਜਿਹੜਾ ਉਹਦਾ ਮੇਨਟੇਨ ਕਰਨਾ ਹੈ ਜੀ ਜੀ ਤੇ ਅਸੀਂ ਇੱਕ ਹੋਰ ਲਾਭ ਪਾਤਰੀ ਕੋਲੋਂ ਜਾਣਾਂਗੇ ਕਿ ਉਹਨਾਂ ਦਾ ਕੀ ਤਜਰਬਾ ਰਿਆ ਜਨੋਸ਼ਦੀ ਕੇਂਦਰ ਵਿੱਚ ਬਹੁਤ ਗਰੀਬਾਂ ਵਾਸਤੇ ਫਾਇਦੇਮੰਦ ਹੈ ਬਹੁਤ ਇਹਦਾ ਵੱਧ ਵੱਧ ਲੋਹਾ ਠਾਉਣਾ ਚਾਹੀਦਾ ਦੂਜੇ ਮੈਡੀਕਲ ਸਟੋਰ ਕੋਲੋਂ ਲੋਟਣੀ ਕਰਾਉਣੀ ਚਾਹੀਦੀ ਇੱਥੇ ਜਿਹੜੀ ਆਮ ਮੈਡੀਕਲ ਦਵਾਈਆਂ ਜਿੰਨੀਆਂ ਵੀ ਦੁਕਾਨਾਂ ਆ ਉਹਨਾਂ ਨਾਲ ਬਹੁਤ ਸਸਤੀਆਂ ਦਵਾਈਆਂ ਮਿਲਦੀਆਂ ਜਿਹੜਾ ਆਸੇ ਪਾਸੇ ਜਿਹੜਾ 100 ਰੁਪਏ ਦਾ ਪਤਾ ਮਿਲਦਾ ਤਕਰੀਬਨ ਇੱਥੇ 20-22 ਰੁਪਏ ਦਾ ਮਿਲਦਾ ਇੰਨਾ ਫਰਕ ਘੱਟੋ ਘੱਟ ਜਿਹੜਾ ਅੱਜ ਤੋਂ ਵੀ ਜ਼ਿਆਦਾ ਫਰਕ ਹੈ ਤੇ ਦਵਾਈਆਂ ਵੀ ਸੇਮ ਹੀ ਤਕਰੀਬਨ ਕੋਈ ਖਾਸ ਫਰਕ ਨਹੀਂ ਕਰਦਾ ਦਵਾਈਆਂ ਦਾ ਅੱਗੇ ਅਸੀਂ ਹੋਰ ਕਿਸੇ ਦੁਕਾਨ ਤੋਂ ਦਵਾਈ ਲਈਏ ਸੀ ਇਸ ਟਾਈਮ ਅਸੀਂ ਐਸ ਦੁਕਾਨ ਤੋਂ ਦਵਾਈ ਲਈਆ ਸਾਨੂੰ ਬਹੁਤ ਸਸਤੀ ਮਿਲੀ ਆ ਤੇ ਸਾਡਾ ਆਸਤਿਕ ਬਹੁਤ ਬੋਝ ਘਟ ਗਿਆ ਅਸੀਂ ਦਿਮਾਗ ਦੀ ਰਾਈ ਲੈਂਦੇ ਸੀ ਫਿਰ ਆਮ ਸਾਨੂੰ 570 ਦਾ ਪੱਤਾ ਮਿਲਦਾ ਸੀ ਇਸ ਟਾਈਮ ਅਸੀਂ 200 ਦਾ ਪੱਤਾ ਲਿਆ ਹੈ ਬੜਾ ਧੰਨਵਾਦ ਕਰਦਾ ਸਰਕਾਰ ਦਾ ਜਿਨ੍ਹਾਂ ਨੇ ਜਨਸ਼ਰਦੀ ਕੇਂਦਰ ਇੱਥੇ ਹਰ ਸ਼ਹਿਰ ਦੇ ਵਿੱਚ ਖੋਲਿਆ ਹੈ ਇੱਥੇ ਬਹੁਤ ਵੱਡਾ ਉਪਰਾਲਾ ਸਰਕਾਰ ਦਾ ਇਹ ਜਿੱਥੇ ਦਵਾਈਆਂ ਸਸਤੀਆਂ ਵੀ ਮਿਲਦੀਆਂ ਔਰ ਵਧੀਆ ਵੀ ਮਿਲਦੀਆਂ ਮੇਰੀ ਮਾਤਾ ਜੀ ਬਿਮਾਰ ਹੈ ਮੈਂ ਖੁਦ ਉੱਥੋਂ ਦਵਾਈ ਲੈ ਕੇ ਆਉਣਾ ਬੜੀ ਹੀ ਸਸਤੀ ਦਵਾਈ ਹੈ ਔਰ ਵਧੀਆ ਕੁਆਲਿਟੀ ਦੀ ਮਿਲਦੀ ਹੈ ਔਰ ਮੈਂ ਧੰਨਵਾਦ ਕਰਦਾ ਸਰਕਾਰ ਦਾ ਵੀ ਜਿਹੜਾ ਇਹ ਉਪਰਾਲਾ ਚੱਲ ਰਿਹਾ ਹੈ ਔਰ ਮੈਂ ਲੋਕਾਂ ਨੂੰ ਇਹ ਵੀ ਅਪੀਲ ਕਰਦਾ ਹਾਂ ਵੀ ਇਹ ਦਵਾਈਆਂ ਜਿਹੜੀਆਂ ਤੁਸੀਂ ਆਪਣੇ ਵਾਸਤੇ ਲੈ ਕੇ ਆਉਨੇ ਹੋ ਤੇ ਇਹ ਜਨਨਿਸ਼ੋਧੀ ਕੇਂਦਰ ਤੋਂ ਲੈ ਕੇ ਆਓ ਇੱਥੇ ਦਵਾਈਆਂ ਵਧੀਆ ਵੀ ਹੈ ਔਰ ਵਧੀਆ ਕੁਆਲਿਟੀ ਦੀ ਵੀ ਮਿਲਦੀ ਹੈ ਔਰ ਸਸਤੀਆਂ ਵੀ ਮਿਲਦੀਆਂ ਜਦੋਂ ਵੀ ਸਰਕਾਰ ਵੱਲੋਂ ਕੋਈ ਯੋਜਨਾ ਚਲਾਈ ਜਾਂਦੀ ਹੈ ਤਾਂ ਬਹੁਤ ਸਾਰੇ ਲੋਕ ਦਾ ਫਾਇਦਾ ਉਠਾਉਂਦੇ ਨੇ ਪਰ ਬਹੁਤ ਸਾਰੇ ਲੋਕ ਇਹੋ ਜਿਹੇ ਵੀ ਹੁੰਦੇ ਨੇ ਜਿਹੜੇ ਗਲਤ ਫਾਇਦਾ ਉਠਾ ਲੈਂਦੇ ਨੇ ਸੋ ਜਦੋਂ ਕੋਈ ਇਸ ਤਰ੍ਹਾਂ ਦੀ ਸ਼ਿਕਾਇਤ ਹੋਵੇ ਕਿਸੇ ਨੂੰ ਕਿਸੇ ਨੂੰ ਜਨੋਸ਼ਦੀ ਕੇਂਦਰ ਤੋਂ ਸ਼ਿਕਾਇਤ ਹੈ ਜਾਂ ਫਿਰ ਜਨੋਸ਼ਦੀ ਕੇਂਦਰ ਦੇ ਵਿਕਰੇਤਾ ਜਿਹੜੇ ਨੇ ਉਹਨਾਂ ਨੂੰ ਮੁਸ਼ਕਲਾਂ ਆਉਂਦੀਆਂ ਨੇ ਤਾਂ ਉਹ ਕਿੱਥੇ ਜਾਣ ਕਿਹਦੇ ਨਾਲ ਜਾ ਕੇ ਉਹ ਗੱਲ ਕਰਨ ਆਪਣੀ ਸ਼ਿਕਾਇਤ ਦਰਜ ਕਰਨ ਦੇਖੋ ਅਗਰ ਕੋਈ ਕੇਂਦਰ ਦਾ ਮਾਲਕ ਜਾਂ ਜਿਹੜਾ ਇਹਦਾ ਚਲਾ ਰਿਹਾ ਇਹਨੂੰ ਕੇਂਦਰ ਨੂੰ ਚਲਾ ਰਿਹਾ ਅਗਰ ਕੋਈ ਉਹ ਗਲਤ ਕੰਮ ਕਰਦਾ ਆ ਜੀ ਠੀਕ ਹੈ ਉਹ ਸਭ ਤੋਂ ਪਹਿਲਾਂ ਤਾਂ ਜਿਹੜੀ ਉਹਦਾ ਇਮੀਡੀਏਟ ਜਿਹੜੀ ਉਹਦੀ ਅਥਾਰਟੀ ਹੈ ਉਹਨਾਂ ਨੂੰ ਕੰਟੈਕਟ ਕਰਤਾ ਜਿੱਦਾਂ ਉਹਦੀ ਇਮੀਡੀਏਟ ਲਾਇਸੈਂਸਿੰਗ ਅਥਾਰਟੀ ਜਿਹਦਾ ਸਾਡੇ ਕੋਲ ਹੈਗੀ ਹੈ ਜੀ ਜੀ ਉਹ ਸਾਡੇ ਡਿਪਾਰਟਮੈਂਟ ਚ ਡਰੱਗ ਡਿਪਾਰਟਮੈਂਟ ਚ ਆ ਕੇ ਕੰਸਰਨ ਸਟੇਟ ਇਹ ਨਹੀਂ ਕਿ ਆਪਣੇ ਕਿਸੇ ਵੀ ਸਟਰੀਟ ਚ ਚਾਹੇ ਪੰਜਾਬ ਜਾਂ ਪੰਜਾਬ ਤੋਂ ਬਾਹਰ ਹੈ ਜੀ ਹਰ ਜ਼ਿਲ੍ਹੇ ਚ ਉਹ ਜਿਹੜੀ ਉਹਦੀ ਲਾਇਸੈਂਸਿੰਗ ਅਥਾਰਟੀ ਹੈ ਡਰੱਗ ਅਥਾਰਟੀ ਹੈ ਆਪਣੇ ਡਰੱਗ ਕੰਟਰੋਲ ਅਫੀਸਰ ਜਾਂ ਜਨਰਲ ਲਾਇਸੈਂਸਿੰਗ ਅਥਾਰਟੀ ਅਫੀਸਰ ਨੂੰ ਆਪਣੇ ਲਿਖਤ ਰੂਪ ਵਿੱਚ ਆਪਣੀ ਸ਼ਿਕਾਇਤ ਦਰਜ ਕਰਵਾ ਸਕਦਾ ਉਥੇ ਉਹਨੂੰ ਦੱਸ ਸਕਦਾ ਹੈ ਕਿ ਜੇ ਕੋ ਗਲਤ ਪ੍ਰੈਕਟਿਸ ਕਰ ਰਿਹਾ ਉਹਦੇ ਸੰਬੰਧੀ ਉਹਦੀ ਸ਼ਿਕਾਇਤ ਉਹਦੇ ਦਰਜ ਕਰਾ ਸਕਦਾ ਹੈ ਜੀ ਤੇ ਇਹਦੇ ਵਿੱਚ ਜੇ ਅਸੀਂ ਖਾਸ ਤੌਰ ਤੇ ਪੁੱਛੀਏ ਤਾਂ ਡਰੱਗ ਕੰਟਰੋਲ ਇਨਸਪੈਕਟਰ ਉਹਦਾ ਕੀ ਰੋਲ ਹੈਗਾ ਉਹਨਾਂ ਦਾ ਇਹਦੇ ਵਿੱਚ ਕਾਫੀ ਅਹਿਮ ਰੋਲ ਹੈ ਕਿ ਉਹਨਾਂ ਨੇ ਸਾਰੀ ਜਿਹੜੀ ਹੈ ਮੈਡੀਸਨ ਦੀ ਕੁਆਲਿਟੀ ਜਿਹੜੀ ਉਹਨੂੰ ਮੇਨਟੇਨ ਰੱਖ ਜੀ ਕਿ ਉਹਦੀ ਕਰਨੇ ਵਾਸਤੇ ਉਹਨਾਂ ਦਾ ਮੇਜਰ ਰੋਲ ਹੈ ਕਿਉਂਕਿ ਉਹਨਾਂ ਦੇ ਟਾਈਮਲੀ ਜਿਹੜਾ ਉਹਨਾਂ ਦੇ ਸੈਂਪਲ ਜਿਹੜੇ ਆ ਡ੍ਰੌਨ ਕਰਨੇ ਹੁੰਦੇ ਆ ਅਗਰ ਕਿਸੇ ਚੀਜ਼ ਤੇ ਡਾਊਟ ਆ ਗਿਆ ਉਹਨੂੰ ਕਿ ਆ ਚੀਜ਼ ਦੀ ਕੋਈ ਕੰਪਲੇਂਟ ਆਉਂਦੀ ਜਾਂ ਲੱਗਦਾ ਕਿਸੇ ਜੀ ਤੇ ਸ਼ੱਕ ਹੋ ਰਿਹਾ ਕਿ ਆਹ ਦਵਾਈ ਚ ਸਹੀ ਨਹੀਂ ਹੈ ਗਲਤ ਹੈ ਜਾਂ ਕੋ ਡੁਪਲੀਕੇਟ ਉਹਦੇ ਸੈਂਪਲ ਲੈ ਕੇ ਉਹਨੂੰ ਜਿਹੜੀ ਹੈ ਜੀ ਗਵਰਨਮੈਂਟ ਜਿਹੜੀ ਆਪਣੀ ਟੈਸਟਿੰਗ ਲੈਬੋਰੀ ਆ ਉਹਨੂੰ ਉੱਤੇ ਸੈਂਪਲ ਭੇਜ ਦੇਈਦਾ ਜੀ ਠੀਕ ਹੈ ਉਹਦੇ ਚ ਉਹਦੇ ਟੈਸਟ ਕਰਾਣੇ ਦੋਈ ਦਮ ਇਹਦੀ ਕੁਆਲਿਟੀ ਚੈੱਕ ਜਿਹੜੀ ਬਹੁਤ ਜ਼ਰੂਰੀ ਆ ਉਹ ਸਾਡੇ ਡਿਪਾਰਟਮੈਂਟ ਜਿਹੜਾ ਕਰਦਾ ਹੈ ਹੁਣ ਜਿਸ ਤਰ੍ਹਾਂ ਪਿਛਲੇ 1.5 ਸਾਲ ਦੇ ਦੌਰਾਨ ਤੁਸੀਂ ਦੇਖਿਆ ਕਿ ਕੋਵਿਡ ਦੇ ਵਿੱਚ ਬਹੁਤ ਸਾਰੀਆਂ ਮੁਸ਼ਕਲਾਂ ਆਈਆਂ ਲੋਕਾਂ ਨੂੰ ਹੁਣ ਵੀ ਆ ਰਹੀਆਂ ਨੇ ਤੇ ਇਸ ਦੌਰਾਨ ਜਿਹੜੇ ਜਨ ਔਸ਼ਧੀ ਕੇਂਦਰ ਨੇ ਇਹਨਾਂ ਨੇ ਕੀ ਰੋਲ ਨਿਭਾਇਆ ਦੇਖੋ ਇਹਨਾਂ ਸਾਰੇ ਸੈਂਟਰਾਂ ਦੇ ਜਾਂ ਕਹਿ ਲਓ ਕਿ ਆਪਣਾ ਕੋਈ ਵੀ ਹੈਲਥ ਦੇ ਨਾਲ ਰਿਲੇਟਡ ਸੀਗੇ ਮੈਡੀਕਲ ਸਟੋਰ ਵਾਲੇ ਸੀਗੇ ਇਹਨਾਂ ਦਾ ਬਹੁਤ ਅਹਿਮ ਰੋਲ ਸੀਗਾ ਇਹਨਾਂ ਦੇ ਵਿੱਚ ਕਿਉਂਕਿ ਇਹਨਾਂ ਨੇ ਤੁਹਾਨੂੰ ਪਤਾ ਹੋਣਾ ਜਦੋਂ ਲੋਕਡਾਊਨ ਕਰਫਿਊ ਲੱਗਿਆ ਸੀਗਾ ਜੀ ਅਸੀਂ ਇਹਨਾਂ ਦੇ ਪਾਸ ਬਣਾ ਕੇ ਦਿੱਤੇ ਸੀ ਸਾਰਿਆਂ ਦੇ ਜੀ ਜੀ ਉਹਦੇ ਵਿੱਚ ਕੀ ਸੀ ਫੈਸਿਲਿਟੀ ਆਪਾਂ ਪ੍ਰੋਵਾਈਡ ਕੀਤੀ ਸੀ ਸਾਰੀ ਪਬਲਿਕ ਵਾਸਤੇ ਕਿ ਜਿਹੜੇ ਹੈ ਉਹ ਆਪਣੇ ਘਰ ਤੋਂ ਜਿਹੜੇ ਇਹਨਾਂ ਨੂੰ ਆਰਡਰ ਦੇ ਦਿੰਦੇ ਸੀ ਤੇ ਉਹ ਜਿਹੜੀ ਮੈਡੀਸਨ ਸੀਗੀ ਜਿਹੜੀ ਹੈ ਇਹ ਉਹਨਾਂ ਦੇ ਡੋਰ ਟੂ ਡੋਰ ਜਿਹੜੀ ਹੈ ਇਹਨਾਂ ਨੇ ਉਹ ਵੀ ਸਪਲਾਈ ਕੀਤੀ ਇਹਨਾਂ ਨੇ ਇਹਨਾਂ ਨੇ ਇੱਕ ਬਹੁਤ ਜ਼ਿਆਦਾ ਵਧੀਆ ਰੋਲ ਇਹਨਾਂ ਨੇ ਅਦਾ ਕੀਤਾ ਹੈ ਕੋਵਿਡ ਦੇ ਵਿੱਚ ਇਹਨਾਂ ਨੇ ਇਸ ਸਾਰਿਆਂ ਨੇ ਤੇ ਅੱਛਾ ਰੋਲ ਇਹਨਾਂ ਦੇ ਮੈਂ ਕਹਾਂਗਾ ਇਹਨਾਂ ਨੇ ਸਾਰਿਆਂ ਨੇ ਅੱਛਾ ਰੋਲ ਜਿਹੜਾ ਕੀਤਾ ਜਦੋਂ ਕਿ ਬਾਕੀ ਸਾਰੇ ਆਪਣੇ ਘਰਾਂ 'ਚ ਬੈਠੇ ਹੋਏ ਸੀ ਇਹ ਰਿਕ ਆਪਣੀ ਜ਼ਿੰਦਗੀ ਨੂੰ ਰਿਸਕ 'ਚ ਪਾ ਕੇ ਇਹ ਬਾਅਦ ਸਾਡੇ ਨਾਲ ਚੀਲਡ 'ਚ ਲੋਕਾਂ ਦੀ ਮਦਦ ਕਰ ਰਹੇ ਸੀ ਜੇ ਅਸੀਂ ਪੰਜਾਬ ਦੀ ਗੱਲ ਕਰੀਏ ਤਾਂ ਪੰਜਾਬ ਦਾ ਜਾਨਵਸ਼ਦੀ ਕੇਂਦਰਾ ਨੂੰ ਲੈ ਕੇ ਇਸ ਟਾਈਮ ਤੇ ਅਸੀਂ ਉਹਨੂੰ ਕਿਹੋ ਸਥਿਤੀ ਵਿੱਚ ਵੇਖਦੇ ਹਾਂ ਕਿੰਨੇ ਕੁ ਖੁੱਲ ਚੁੱਕੇ ਨੇ ਤੇ ਅੱਗੋਂ ਕਿੰਨੇ ਕੁ ਖੁੱਲਣ ਦੀ ਆਸ ਹੈ ਆ ਆਪਾਂ ਦੇਖੀਏ ਤਾਂ ਪੰਜਾਬ ਦੇ ਵਿੱਚ ਤਕਰੀਬਨ 250 ਤੋਂ ਜ਼ਿਆਦਾ ਆਪਣੇ ਜਿਹੜੇ ਇਹ ਸੈਂਟਰ ਖੁੱਲੇ ਹੋਏ ਆ अच्छा जी ਜਿਹਦੇ ਵਿੱਚ ਲੁਧਿਆਣੇ ਤੋਂ ਸਭ ਤੋਂ ਵੱਧ ਸੈਂਟਰ ਆ ਮੋਰ ਦੈਨ 50 ਸੈਂਟਰ ਜਿਹੜੇ ਇਕੱਲੇ ਲੁਧਿਆਣੇ 'ਚ ਹੀ ਆ ਲੁਧਿਆਣਾ ਬਠਿੰਡਾ ਜਲੰਧਰ ਅਮਰੀਕਸਰ ਪਟਿਆਲਾ ਇਨਸ ਕਾਫੀ ਸੈਂਟਰ ਰਹਿ ਗਿਆ ਜੀ ਜੀ ਹਾਂ ਜੀ ਸਰ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਤੁਸੀਂ ਬਹੁਤ ਵਧੀਆ ਸਾਨੂੰ ਜਾਣਕਾਰੀ ਦਿੱਤੀ ਔਰ ਅਸੀਂ ਆਸ ਕਰਦੇ ਹਾਂ ਕਿ ਅੱਜ ਦੀ ਇਸ ਗੱਲਬਾਤ ਤੋਂ ਬਾਅਦ ਲੋਕਾਂ ਦੇ ਵਿੱਚ ਥੋੜੀ-ਬੋਤੀ ਅਵੇਅਰਨੈਸ ਜ਼ਰੂਰ ਆਈ ਹੋਏਗੀ ਕਿ ਜਿਹੜੇ ਜਨੌਸ਼ਧੀ ਕੇਂਦਰ ਨੇ ਉਹਨਾਂ ਦੇ ਫਾਇਦੇ ਵਾਸਤੇ ਨੇ ਤੇ ਇਸੇ ਤਰ੍ਹਾਂ ਹੀ ਤੁਹਾਡੇ ਫਾਇਦੇ ਲਈ ਜਿਹੜੀਆਂ ਸਰਕਾਰ ਦੁਆਰਾ ਚਲਾਈਆਂ ਗਈਆਂ ਯੋਜਨਾਵਾਂ ਨੇ ਉਹਨਾਂ ਬਾਰੇ ਗੱਲਬਾਤ ਕਰਦੇ ਹਾਂ ਅਸੀਂ ਆਪਣੀ ਇਸ ਪ੍ਰੋਗਰਾਮ ਵਿੱਚ ਜਿਸ ਨੂੰ ਤੁਸੀਂ ਦੇਖ ਸਕਦੇ ਹੋ ਸੋਮਵਾਰ ਮੰਗਲਵਾਰ ਤੇ ਵੀਰਵਾਰ ਸ਼ਾਮ ਨੂੰ 6 ਵਜੇ ਲਾਈਵ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ ਥੈਂਕ ਯੂ